ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਖਲੋਆ। ਜੀ ਹਾਂ ਦੋਸਤੋ, ਅੱਜ ਆਪਾਂ ਗੱਲ ਕਰਨੀ ਹੈ ਇੱਕ ਮਹਾਨ ਫਿਲੋਸਫਰ, ਟੀਚਰ, ਇੰਟਲੈਕਟ, ਸੰਤ ਮਹਾਂਪੁਰਸ਼ ਦੀ, ਜਿਨ੍ਹਾਂ ਦਾ ਨਾਮ ਹੈ ਗੁਰੂ ਨਾਨਕ ਦੇਵ ਜੀ। ਅੱਜ ਆਪਾਂ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਪੜ੍ਹਨਾ ਹੈ। ਸੋ ਬਿਨਾਂ ਕਿਸੇ ਦੇਰੀ ਤੋਂ ਆਪਾਂ ਸ਼ੁਰੂ ਕਰਦੇ ਹਾਂ। ਮੇਰਾ ਨਾਮ ਅਰਸ਼ਦੀਪ ਤੇ ਮੈਂ ਇਸ ਪਲੇਟਫਾਰਮ ਦੇ ਉੱਪਰ ਫੈਕਲਟੀ ਮੈਂਬਰ ਹਾਂ। ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਥੋੜ੍ਹਾ ਜਿਹਾ ਬੈਕਗ੍ਰਾਉਂਡ ਦੇ ਵਿੱਚ ਜਾਣਾ ਪਊਗਾ। ਆਪਾਂ ਨੂੰ ਪਹਿਲਾਂ ਇਹ ਦੇਖਣਾ ਪਊਗਾ ਵੀ ਉਹਨਾਂ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਸੀਨ ਸੀਗਾ। ਪਿਛਲੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਦੱਸ ਚੁੱਕਿਆ ਵੀ ਦਿੱਲੀ ਦੇ ਵਿੱਚ ਵੱਖ ਵੱਖ ਡਾਇਨੈਸਟੀਜ਼ ਨੇ ਆ ਕੇ ਰੂਲ ਕਰਿਆ। ਮਮਲੂਕ ਸਾਏ, ਸੱਯਰ ਜ਼ਾਏ, ਲੋਧੀ ਜ਼ਾਏ, ਮੁਗਲ ਡਾਇਨੈਸਟੀ, ਇਹਨਾਂ ਸਾਰਿਆਂ ਨੇ ਦਿੱਲੀ ਦੇ ਵਿੱਚ ਆ ਕੇ ਆਪਣਾ ਰਾਜ ਕਰਿਆ। ਹੁਣ ਆਪਾਂ ਚੱਲਦੇ ਹਾਂ ਜੀ 1455 ਸੈਂਚਰੀ ਦੇ ਅਰਾਊਂਡ। ਉਦੋਂ ਦਿੱਲੀ ਦੇ ਵਿੱਚ ਜਿਹੜੀ ਡਾਇਨੈਸਟੀ ਰੂਲ ਕਰ ਰਹੀ ਸੀਗੀ ਉਹ ਡਾਇਨੈਸਟੀ ਸੀ ਜੀ ਲੋਧੀ ਡਾਇਨੈਸਟੀ, ਜਿਹਦੇ ਪਹਿਲੇ ਰੂਲਰ ਸੀਗੇ ਬਹਿਲੋਲ ਖਾਨ ਲੋਧੀ। ਉਹਨਾਂ ਸਮੇਂ ਦੇ ਵਿੱਚ ਸੈਂਟਰ ਲੈਵਲ ਦੇ ਵਿੱਚ ਇੱਕ ਰੂਲਰ ਹੁੰਦਾ ਸੀਗਾ, ਸੈਂਟਰ ਲੈਵਲ ਤੇ ਇੱਕ ਰਾਜਾ ਹੁੰਦਾ ਸੀਗਾ। ਤੇ ਜੇ ਆਪਾਂ ਪ੍ਰੋਵਿੰਸੀ ਦੀ ਗੱਲ ਕਰੀਏ, ਵੱਖ ਵੱਖ ਪ੍ਰੋਵਿੰਸੀਜ਼ ਹੋ ਗਈਆਂ, ਪੰਜਾਬ ਇੱਕ ਪ੍ਰੋਵਿੰਸੀ ਸੀਗੀ, ਉਹਨਾਂ ਦੇ ਵਿੱਚ ਗਵਰਨਰਸ ਨੂੰ ਅਪੁਆਇੰਟ ਕਰਿਆ ਜਾਂਦਾ ਸੀਗਾ। ਸੋ ਜਿਹੜੇ ਬਹਿਲੋਲ ਖਾਨ ਲੋਧੀ ਸੀਗੇ ਇਹਨਾਂ ਨੇ ਪੰਜਾਬ ਦਾ ਗਵਰਨਰ ਅਪੁਆਇੰਟ ਕਰਿਆ ਸੀਗਾ ਤਾਤਰ ਖਾਨ ਨੂੰ। ਹੁਣ ਲਾਰਡ ਐਕਟਨ ਨੇ ਇੱਕ ਗੱਲ ਕਹੀ ਹੈ, ਪਾਵਰ ਕਰਪਟਸ ਐਂਡ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ। ਪਾਵਰ ਦਾ ਨਸ਼ਾ ਹਰ ਕਿਸੇ ਨੂੰ ਹੋ ਜਾਂਦਾ ਜਿਹਦੇ ਕੋਲ ਜ਼ਿਆਦਾ ਪਾਵਰ ਆ ਜਾਂਦੀ ਹੈ। ਤੇ ਆਪਾਂ ਸਾਰੇ ਇਹ ਗੱਲ ਜਾਣਦੇ ਹਾਂ, ਜ਼ਿਆਦਾ ਪਾਵਰ ਬਰਬਾਦੀ ਦੇ ਰਾਹਾਂ ਵੱਲ ਲੈ ਕੇ ਜਾਂਦੀ ਹੈ। ਸੋ ਜਿਹੜੇ ਇਹ ਮਿਸਟਰ ਤਾਤਰ ਖਾਨ ਸੀਗੇ ਇਹ ਜ਼ਿਆਦਾ ਸ਼ਾਤਰ ਬਣਦੇ ਸੀਗੇ। ਇਹਨਾਂ ਨੂੰ ਵੀ ਪਾਵਰ ਦਾ ਨਸ਼ਾ ਹੋ ਗਿਆ ਸੀਗਾ ਤੇ ਇਹਨਾਂ ਨੇ ਬਹਿਲੋਲ ਖਾਨ ਲੋਧੀ ਖਿਲਾਫ ਬਗਾਵਤ ਛੇੜਤੀ, ਇੰਡੀਪੈਂਡੈਂਸ ਡਿਕਲੇਅਰ ਕਰਤੀ। ਬਹਿਲੋਲ ਖਾਨ ਲੋਧੀ ਨੂੰ ਇਹਦੇ ਇਰਾਦਿਆਂ ਬਾਰੇ ਪਤਾ ਚੱਲ ਗਿਆ ਤੇ ਉਹਨੇ ਸਿਕੰਦਰ ਖਾਨ ਲੋਧੀ ਸੀਗਾ ਉਹਨੂੰ ਤਾਤਰ ਖਾਨ ਨੂੰ ਮਾਰਨ ਦੇ ਲਈ ਭੇਜਤਾ। ਸਿਕੰਦਰ ਖਾਨ ਲੋਧੀ ਨੇ ਤਾਤਰ ਖਾਨ ਨੂੰ ਹਰਾਤਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲੋਧੀ ਜਿਹੜਾ ਵੰਸ਼ ਸੀਗਾ ਉਹਦਾ ਰੂਲ ਅਸਟੈਬਲਿਸ਼ ਹੋ ਗਿਆ। ਉਸ ਤੋਂ ਬਾਅਦ ਸਿਕੰਦਰ ਲੋਧੀ ਨੇ ਦੌਲਤ ਖਾਨ ਲੋਧੀ ਜਿਹੜਾ ਕਿ ਤਾਤਰ ਖਾਨ ਦਾ ਮੁੰਡਾ ਸੀਗਾ ਇਹਨੂੰ ਸੈਂਟਰਲ ਪੰਜਾਬ ਦਾ ਨਿਜ਼ਾਮ ਅਪੁਆਇੰਟ ਕਰਤਾ। 1489 ਦੇ ਵਿੱਚ ਬਹਿਲੋਲ ਖਾਨ ਲੋਧੀ ਸੀਗਾ ਜਿਹੜਾ ਉਹਦੀ ਤਾਂ ਹੋ ਗਈ ਜੀ ਡੈਥ। ਉਸ ਤੋਂ ਬਾਅਦ ਅਗਲਾ ਰੂਲਰ ਜਿਹੜਾ ਲੋਧੀ ਡਾਇਨੈਸਟੀ ਦਾ ਜਿਹੜਾ ਸਭ ਤੋਂ ਮਹਾਨ ਮਤਲਬ ਸਭ ਤੋਂ ਮਸ਼ਹੂਰ ਰਾਜਾ ਸੀਗਾ ਸਿਕੰਦਰ ਖਾਨ ਲੋਧੀ, ਉਹਨੇ ਮੋਰਚਾ ਸੰਭਾਲਿਆ, ਉਹ ਅਗਲਾ ਰਾਜਾ ਬਣਿਆ ਲੋਧੀ ਵੰਸ਼ ਦਾ, ਠੀਕ ਹੈ, ਦਿੱਲੀ ਦਾ ਉਹ ਰਾਜਾ ਬਣਿਆ ਤੇ ਉਹ ਸਭ ਤੋਂ ਫੇਮਸ ਰਾਜਾ ਸੀਗਾ ਇਹ ਮੈਂ ਤੁਹਾਨੂੰ ਦੱਸ ਚੁੱਕਿਆ। ਤੇ ਜਿਹੜਾ ਦੌਲਤ ਖਾਨ ਲੋਧੀ ਦੀ ਆਪਾਂ ਗੱਲ ਕਰੀਏ ਤਾਂ ਇਹ ਸਿਕੰਦਰ ਲੋਧੀ ਸੀਗਾ ਜਿਹੜਾ ਉਹਦਾ ਕਾਫੀ ਜ਼ਿਆਦਾ ਵਫ਼ਾਦਾਰ ਸੀਗਾ, ਕਾਫੀ ਜ਼ਿਆਦਾ ਲੋਇਲ ਸੀਗਾ। ਤੇ ਜੇ ਆਪਾਂ ਉਹ ਸਮੇਂ ਦੀ ਗੱਲ ਕਰੀਏ, ਲੋਧੀ ਅੰਪਾਇਰ ਦੀ ਜਿਹੜੀ ਟੈਰੀਟਰੀ ਹੁੰਦੀ ਸੀਗੀ ਉਹਦੇ ਵਿੱਚ ਪੰਜਾਬ ਇੱਕ ਬਹੁਤ ਹੀ ਜ਼ਿਆਦਾ ਛੋਟਾ ਜਿਹਾ ਹਿੱਸਾ ਸੀਗਾ। ਪੰਜਾਬ ਕੋਈ ਬਹੁਤਾ ਵੱਡਾ ਪਾਰਟ ਨਹੀਂ ਬਣਾਉਂਦਾ ਸੀਗਾ ਲੋਧੀ ਟੈਰੀਟਰੀ ਦਾ। ਉਸ ਤੋਂ ਬਾਅਦ ਸਿਕੰਦਰ ਲੋਧੀ ਦਾ ਜੇ ਆਪਾਂ ਨੇਚਰ ਦੀ ਗੱਲ ਕਰੀਏ ਤਾਂ ਇਹ ਆਪਣੇ ਜਿਹੜੇ ਗਰੀਬੈਂਸ ਜਿਹੜੇ ਲੋਕ ਸੀਗੇ ਉਹਨਾਂ ਸਾਰਿਆਂ ਦੇ ਜਿਹੜੇ ਦੁੱਖ ਤਕਲੀਫ ਸੀਗਾ ਉਹਨਾਂ ਨੂੰ ਦੂਰ ਕਰਨ ਦੇ ਲਈ ਇਹ ਮਤਲਬ ਸਾਰੇ ਇਹ ਕਹਿੰਦਾ ਸੀਗਾ ਮੈਂ ਸਾਰਿਆਂ ਦੇ ਦੁੱਖ ਤਕਲੀਫਾਂ ਦੂਰ ਕਰੂੰਗਾ। ਬਟ ਜਿਹੜੀਆਂ ਇਹਦੇ ਡਿਊਟੀ ਸੀਗੀਆਂ ਸਾਰੀਆਂ ਇਹ ਸਿਰਫ ਜਿਹੜੇ ਮੁਸਲਿਮ ਪੀਪਲ ਸੀਗੇ, ਮੁਸਲਿਮ ਲੋਕ ਸੀਗੇ ਉਹਨਾਂ ਤੱਕ ਹੀ ਸੀਮਿਤ ਸੀਗੀਆਂ। ਹਿੰਦੂਆਂ ਤੋਂ ਸਿਕੰਦਰ ਲੋਧੀ ਨਫ਼ਰਤ ਕਰਦਾ ਸੀਗਾ। ਉਸ ਤੋਂ ਬਾਅਦ ਸਿਕੰਦਰ ਲੋਧੀ ਦੀ ਡੈਥ ਹੋ ਗਈ ਜੀ 1517 ਦੇ ਅਰਾਊਂਡ ਤੇ ਦਿੱਲੀ ਦਾ ਅਗਲਾ ਰਾਜਾ ਲੋਧੀ ਵੰਸ਼ ਦਾ ਅਗਲਾ ਰਾਜਾ ਅਪੁਆਇੰਟ ਹੋਇਆ ਜੀ ਇਬਰਾਹਿਮ ਲੋਧੀ। ਕਾਫੀ ਜ਼ਿਆਦਾ ਇੰਟੈਲੀਜੈਂਟ ਤੇ ਵਾਈਸ ਇਹ ਰੂਲਰ ਸੀਗਾ ਇਬਰਾਹਿਮ ਲੋਧੀ, ਕਾਫੀ ਮਿਹਨਤੀ ਸੀਗਾ, ਹਾਰਡ ਵਰਕਿੰਗ ਸੀਗਾ, ਬਟ ਇਹ ਕੋਈ ਬਹੁਤਾ ਜਿਹੜਾ ਸਕਸੈਸਫੁਲ ਰਾਜਾ ਨਹੀਂ ਸੀਗਾ ਇਬਰਾਹਿਮ ਲੋਧੀ। ਅੱਗੇ ਚੱਲਦੇ ਆਪਾਂ, ਸਿਕੰਦਰ ਲੋਧੀ ਜਦੋਂ ਸਿਕੰਦਰ ਲੋਧੀ ਜਿਉਂਦਾ ਸੀਗਾ ਤਾਂ ਉਦੋਂ ਜਿਹੜਾ ਦੌਲਤ ਖਾਨ ਸੀਗਾ ਉਹਦਾ ਕਾਫੀ ਜ਼ਿਆਦਾ ਵਫ਼ਾਦਾਰ ਸੀਗਾ, ਇਹ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ। ਬਟ ਸਿਕੰਦਰ ਲੋਧੀ ਦੀ ਡੈਥ ਤੋਂ ਬਾਅਦ ਜਦੋਂ ਇਬਰਾਹਿਮ ਲੋਧੀ ਰਾਜਾ ਆਇਆ ਉਹ ਇੰਨਾ ਕੋਈ ਮਤਲਬ ਕੋਈ ਖਾਸ ਮਤਲਬ ਮਸ਼ਹੂਰ ਮਤਲਬ ਕੋਈ ਸਕਸੈਸਫੁਲ ਰਾਜਾ ਨਹੀਂ ਸੀਗਾ। ਜਿਹੜਾ ਦੌਲਤ ਖਾਨ ਲੋਧੀ ਸੀਗਾ ਇਹ ਉਦੋਂ ਤੋਂ ਕਾਫੀ ਜ਼ਿਆਦਾ ਚਿੜਦਾ ਸੀਗਾ, ਇਹਦੀ ਬਣਦੀ ਨਹੀਂ ਸੀ ਸਿਕੰਦਰ ਲੋਧੀ ਨਾਲ। ਤੇ ਉਸ ਤੋਂ ਬਾਅਦ ਇਹਦਾ ਕੁਝ ਦੇਖਦੇ ਦੌਲਤ ਖਾਨ ਲੋਧੀ ਨੇ ਸਿਕੰਦਰ ਲੋਧੀ ਦੇ ਖਿਲਾਫ ਬਗਾਵਤ ਕਰਨੀ ਸ਼ੁਰੂ ਕਰਤੀ, ਠੀਕ ਹੈ, ਸਾਰਿਆਂ ਨੂੰ ਪਾਵਰ ਦਾ ਨਸ਼ਾ ਹੋ ਜਾਂਦਾ। ਉਸ ਤੋਂ ਇਲਾਵਾ ਇਬਰਾਹਿਮ ਲੋਧੀ ਦਾ ਇੱਕ ਅੰਕਲ ਸੀਗਾ ਆਲਮ ਖਾਨ, ਉਹਨੇ ਵੀ ਉਹਦੇ ਮਨ 'ਚ ਵੀ ਇੱਛਾ ਸੀਗਾ ਵੀ ਮੈਂ ਦਿੱਲੀ ਦੇ ਉੱਪਰ ਰਾਜ ਕਰਾਂ। ਸੋ ਦੌਲਤ ਖਾਨ ਲੋਧੀ ਤੇ ਆਲਮ ਖਾਨ ਲੋਧੀ ਇਹਨਾਂ ਦੋਵਾਂ ਨੇ ਪਲਾਨ ਬਣਾਇਆ ਸਿਕੰਦਰ ਲੋਧੀ ਨੂੰ ਮਤਲਬ ਕੋਂਸਪੀਰੇਸੀ ਰਚੀ ਵੀ ਸਿਕੰਦਰ ਲੋਧੀ ਨੂੰ ਦਿੱਲੀ ਦੇ ਜਿਹੜਾ ਮਤਲਬ ਰਾਜ ਹੋ ਸੀਗਾ ਉਹ ਤੋਂ ਹਟਾਇਆ ਜਾਵੇ, ਠੀਕ ਹੈ। ਸੋ ਸਿਕੰਦਰ ਲੋਧੀ ਨੂੰ ਇਹ ਗੱਲ ਦਾ ਇਬਰਾਹਿਮ ਲੋਧੀ ਸੀਗਾ ਜਿਹੜਾ ਉਹਨੂੰ ਇਹ ਗੱਲ ਦਾ ਪਤਾ ਚੱਲ ਗਿਆ ਜਿਹੜੇ ਦੌਲਤ ਖਾਨ ਲੋਧੀ ਦੇ ਆਲਮ ਖਾਨ ਨਾਲ ਮਿਲ ਕੇ ਕੋਂਸਪੀਰੇਸੀ ਰਚੀ ਸੀਗੀ ਇਹਦਾ ਇਬਰਾਹਿਮ ਲੋਧੀ ਨੂੰ ਪਤਾ ਚੱਲ ਗਿਆ ਤੇ ਉਹਨੇ ਦੌਲਤ ਖਾਨ ਲੋਧੀ ਨੂੰ ਦਿੱਲੀ ਦੇ ਵਿੱਚ ਬੁਲਾਇਆ। ਦੌਲਤ ਖਾਨ ਲੋਧੀ ਨੂੰ ਇਹ ਪਤਾ ਚੱਲ ਗਿਆ ਸੀਗਾ ਵੀ ਸਿਕੰਦਰ ਲੋਧੀ ਮੈਨੂੰ ਮਰਵਾ ਦੂਗਾ, ਉਹਨੇ ਦਿੱਲੀ ਆਉਣ ਤੋਂ ਮਨਾ ਕਰਤਾ ਤੇ ਉਹਨੇ ਆਪਣੇ ਜਿਹੜੇ ਦਿੱਲੀ ਦੇ ਨਾਲ ਜਿਹੜੇ ਸਾਰੇ ਟਾਈ ਸੀਗੇ ਉਹ ਸਾਰੇ ਤੋੜ ਲਏ ਸੀਗੇ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ 1519 ਦੀ, ਉਦੋਂ ਸੀਨ ਦੇ ਵਿੱਚ ਬਾਬਰ ਜੀ ਐਂਟਰ ਕਰ ਜਾਂਦੇ ਨੇ, ਮਤਲਬ ਮੁਗਲ ਡਾਇਨੈਸਟੀ ਜਿਹੜਾ ਰੂਲਰ ਸੀਗਾ ਪਹਿਲਾ ਬਾਬਰ ਉਹ 1519 ਦੇ ਅਰਾਊਂਡ ਆ ਜਾਂਦਾ ਤੇ ਉਹਨੇ ਸਭ ਤੋਂ ਪਹਿਲਾਂ ਇਨਵੇਜ਼ਨ ਕਰੀ ਬਜੌਰ ਦੇ ਵਿੱਚ। ਬਜੌਰ ਜਿਹੜਾ ਏਰੀਆ ਇਹ ਅੱਜ ਦੇ ਸਮੇਂ ਪਾਕਿਸਤਾਨ ਦੇ ਵਿੱਚ ਹੈ। ਬਾਬਰ ਕਾਬੁਲ ਦਾ ਰਾਜਾ ਸੀਗਾ
ਤੇ ਉਸ ਤੋਂ ਬਾਅਦ ਬਜੋਰ ਤੋਂ ਬਾਅਦ ਬਾਬਰ ਨੇ ਭੇਰਾ ਸਿਟੀ ਸੀਗੀ, ਭੇਰਾ ਸ਼ਹਿਰ ਸੀਗਾ, ਠੀਕ ਹੈ, ਇਹਨੂੰ ਵੀ ਐਨੈਕਸ ਕਰਿਆ। ਉਸ ਤੋਂ ਬਾਅਦ ਸਿਆਲਕੋਟ ਸਾਰਾ ਕੁਝ ਬਾਬਰ ਨੇ ਐਨੈਕਸ ਕਰਿਆ। ਉਸ ਤੋਂ ਬਾਅਦ ਕੀ ਗੱਲ, ਕੀ ਸੀਨ ਹੋਇਆ, ਉਸ ਤੋਂ ਬਾਅਦ ਬਾਬਰ ਇਹਨਾਂ ਸਾਰੀਆਂ ਥਾਵਾਂ ਨੂੰ ਐਨੈਕਸ ਕਰਨ ਤੋਂ ਬਾਅਦ ਬਾਬਰ ਪਹੁੰਚਿਆ ਜੀ ਸੈਯਦਪੁਰ, ਜਿਹਨੂੰ ਅਮੀਨਾਬਾਦ ਦੇ ਨਾਮ ਨਾਲ ਜਾਣਿਆ ਜਾਂਦਾ। ਇੱਥੋਂ ਦੇ ਜਿਹੜੇ ਲੋਕ ਸੀਗੇ ਸੈਯਦਪੁਰ ਅਮੀਨਾਬਾਦ ਦੇ, ਇਹਨਾਂ ਨੂੰ ਮਤਲਬ ਜਾਨਵਰ ਦੀ ਤਰ੍ਹਾਂ ਟ੍ਰੀਟ ਕਰਿਆ ਜਾਂਦਾ ਸੀਗਾ, ਕਾਫੀ ਜ਼ਿਆਦਾ ਜ਼ੁਲਮ ਕਰੇ ਜਾਂਦੇ ਸੀਗੇ ਬਾਬਰ ਦੀ ਫੌਜ ਦੁਆਰਾ, ਤੇ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਗੁਲਾਮ ਬਣਾ ਲਿਆ ਗਿਆ ਸੀਗਾ। ਗੁਰੂ ਨਾਨਕ ਦੇਵ ਜੀ ਸੀਗੇ ਜਿਹੜੇ, ਇਹਨਾਂ ਨੂੰ ਵੀ ਮਤਲਬ ਜੇਲ੍ਹ ਦੇ ਵਿੱਚ ਕੈਦ ਕਰਿਆ ਗਿਆ ਸੀਗਾ ਅਮੀਨਾਬਾਦ ਦੇ ਵਿੱਚ। ਤੇ ਉਸ ਤੋਂ ਉੱਥੋਂ ਆਪਾਂ ਨੂੰ ਸਾਰਿਆਂ ਨੇ ਇੱਕ ਕਹਾਣੀ ਸੁਣੀ ਹੋਈ ਹੈ ਵੀ ਗੁਰੂ ਨਾਨਕ ਦੇਵ ਜੀ ਦੇ ਉੱਥੇ ਇੱਕ ਚੱਕੀ ਘੁੰਮੀ ਸੀਗੀ, ਜਿਹਨੂੰ ਆਪਦੇ ਆਪ ਚੱਕੀ ਘੁੰਮ ਰਹੀ ਸੀਗੀ, ਜਿਹਨੂੰ ਦੇਖ ਕੇ ਬਾਬਰ ਕਾਫੀ ਜ਼ਿਆਦਾ ਮਤਲਬ ਗੁਰੂ ਨਾਨਕ ਦੇਵ ਜੀ ਤੋਂ ਪ੍ਰਭਾਵਿਤ ਹੋਇਆ ਤੇ ਉਹਨੇ ਗੁਰੂ ਨਾਨਕ ਦੇਵ ਜੀ ਨੂੰ ਆਜ਼ਾਦ ਕਰਤਾ। ਇਹ ਇੱਕ ਸਟੋਰੀ ਜੁੜੀ ਹੋਈ ਹੈ, ਠੀਕ ਹੈ, ਜਿਹਨੂੰ ਬਾਬਰ ਬਾਣੀ ਕਹਿੰਦੇ ਆ, ਬਾਬਰ ਬਾਣੀ ਫਿਰਕੀ, ਠੀਕ ਹੈ। ਉਸ ਤੋਂ ਬਾਅਦ ਕੀ ਗੱਲ ਹੋਈ, ਦੌਲਤ ਖਾਨ ਜਿਹੜਾ ਦੌਲਤ ਖਾਨ ਲੋਧੀ ਸੀਗਾ, ਇਹਦੇ ਇਬਰਾਹਿਮ ਖਾਨ ਲੋਧੀ ਨਾਲ ਤਾਂ ਬਣਦੀ ਨਹੀਂ ਸੀਗੀ, ਸੋ ਇਹਨੇ ਬਾਬਰ ਸੀਗਾ ਜਿਹੜਾ ਉਹਦੇ ਨਾਲ ਆਪਣੇ ਜਿਹੜੇ ਟਾਈ ਸੀਗੇ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੀ, ਤੇ ਉਹਨੇ ਆਪਣਾ ਮੁੰਡਾ ਦਿਲਾਵਰ ਖਾਨ ਸੀਗਾ ਉਹਨੂੰ ਕਾਬੁਲ ਭੇਜਿਆ ਬਾਬਰ ਨੂੰ ਮਿਲਣ ਦੇ ਲਈ। ਬਾਬਰ ਨੇ ਅੱਗੇ ਕੀ ਕਰਿਆ, ਬਾਬਰ ਨੇ ਇਹਨਾਂ ਸਾਰੀਆਂ ਜਿਹੜੀ ਥਾਵਾਂ ਪਿੱਛੇ ਤੁਹਾਨੂੰ ਦੱਸਿਆ ਸੀ ਇਹਨਾਂ ਸਾਰਿਆਂ ਨੂੰ ਐਨੈਕਸ ਕਰਨ ਤੋਂ ਬਾਅਦ ਬਾਬਰ ਨੇ ਜਲੰਧਰ ਵੀ ਆਕੂਪਾਈ ਕਰ ਲਿਆ, ਦੀਪਾਲਪੁਰ ਇਹਨਾਂ ਸਾਰਿਆਂ ਨੂੰ ਕਨਕੁਅਰ ਕਰ ਲਿਆ। ਦੌਲਤ ਖਾਨ ਲੋਧੀ ਨੂੰ ਉਮੀਦ ਸੀਗੀ ਵੀ ਬਾਬਰ ਜਿਹੜੀਆਂ ਇਹ ਟੈਰੀਟਰੀ ਜਿੱਤੀਆਂ ਹੋਈਆਂ ਨੇ ਇਹ ਮੈਨੂੰ ਬਾਬਰ ਗਿਫਟ ਕਰੂਗਾ, ਬਟ ਬਾਬਰ ਨੇ ਸਿਰਫ ਜਿਹੜਾ ਜਲੰਧਰ ਦਾ ਏਰੀਆ ਸੀਗਾ ਉਹ ਜਿਹੜਾ ਆਪਣਾ ਦੌਲਤ ਖਾਨ ਲੋਧੀ ਸੀਗਾ ਉਹਨੂੰ ਦਿੱਤਾ। ਦੌਲਤ ਖਾਨ ਲੋਧੀ ਨੂੰ ਇਹ ਗੱਲ ਪਸੰਦ ਨਹੀਂ ਆਈ ਤੇ ਉਹਨੇ ਹੁਣ ਬਾਬਰ ਦੇ ਖਿਲਾਫ ਬਗਾਵਤ ਛੇੜਤੀ। ਸੋ ਬਾਬਰ ਨੇ ਕੀ ਕਰਿਆ, ਦੌਲਤ ਖਾਨ ਲੋਧੀ ਕੋਈ ਖਾਸ ਪਾਵਰਫੁਲ ਤਾਂ ਹੈ ਨਹੀਂ, ਇਹਨੂੰ ਹਰਾਤਾ, ਠੀਕ ਹੈ। ਹੁਣ ਗੱਲ ਆ ਗਈ 1525 ਰਾਉਂਡ, ਬਾਬਰ ਖਾਨ ਉਦੋਂ ਇਬਰਾਹਿਮ ਖਾਨ ਲੋਧੀ ਸੀਗਾ ਜਿਹੜਾ ਲੋਧੀ ਵੰਸ਼ ਦਾ ਜਿਹੜਾ ਲਾਸਟ ਰੂਲਰ ਸੀਗਾ ਉਹਨੂੰ ਹਰਾਤਾ, ਕਿਉਂਕਿ ਉਹ ਕਾਫੀ ਜ਼ਿਆਦਾ ਵੀਕ ਰੂਲਰ ਸੀਗਾ ਤੇ ਉਹਨੂੰ ਹਰਾਉਣ ਤੋਂ ਬਾਅਦ ਉਹ ਬੈਟਲ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ, ਉਹ ਹੈਗੀ ਸੀ ਫਸਟ ਬੈਟਲ ਆਫ ਪਾਣੀਪਤ, ਜਿਹੜੀ ਕਿ 1521 ਪਹਿਲ 1526 ਨੂੰ ਲੜੀ ਗਈ ਸੀ ਬਾਬਰ ਤੇ ਇਬਰਾਹਿਮ ਲੋਧੀ ਦੇ ਵਿੱਚ, ਠੀਕ ਹੈ। ਇਹ ਬੈਟਲ ਬਾਬਰ ਜਿੱਤ ਗਿਆ ਸੀਗਾ, ਵੈਸੇ ਇਬਰਾਹਿਮ ਲੋਧੀ ਨੇ ਕਾਫੀ ਵਧੀਆ ਟੱਕਰ ਦਿੱਤੀ ਸੀ ਬਾਬਰ ਨੂੰ, ਪਰ ਬਾਬਰ ਦੀ ਇਸ ਲੜਾਈ ਦੇ ਵਿੱਚ ਜਿੱਤ ਹੋਈ। ਇੰਪੋਰਟੈਂਟ ਕੁਐਸਚਨ ਇੱਥੋਂ ਇਹ ਬਣਦਾ ਆਪਣੇ ਲਈ ਵੀ ਇਹ ਲੜਾਈ ਦੇ ਵਿੱਚ ਮਤਲਬ ਪਹਿਲੀ ਵਾਰ ਗਨ ਪਾਊਡਰ ਸੀਗਾ ਜਿਹੜਾ ਉਹ ਯੂਜ਼ ਕਰਿਆ ਗਿਆ ਸੀਗਾ ਬਾਬਰ ਦੀ ਆਰਮੀ ਦੁਆਰਾ, ਠੀਕ ਹੈ। ਮਤਲਬ ਜਿਹੜੀ ਬਾਬਰ ਦੀ ਆਰਟਲੇ ਸੀਗੀ ਉਹਨਾਂ ਨੇ ਗਨ ਜਿਹੜਾ ਗਨ ਪਾਊਡਰ ਸੀਗਾ ਉਹ ਯੂਜ਼ ਕਰਿਆ ਸੀਗਾ, ਤੇ ਜਿਹੜਾ ਇਹ ਗਨ ਪਾਊਡਰ ਹੈ ਇਹਨੂੰ ਸਭ ਤੋਂ ਪਹਿਲਾਂ ਜਿਹੜੇ ਮੁਗਲ ਸੀਗੇ ਉਹਨਾਂ ਨੇ ਕਿਸੇ ਬੈਟਲ ਦੇ ਵਿੱਚ ਯੂਜ਼ ਕਰਿਆ ਸੀਗਾ, ਬਾਬਰ ਨੇ ਇਹ ਗਨ ਪਾਊਡਰ ਇੰਟਰੋਡਿਊਸ ਕਰਿਆ ਸੀਗਾ। ਹੁਣ ਚੱਲਦੇ ਜੇ ਆਪਾਂ ਆਪਣੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਸਟਾਰਟ ਕਰਦੇ ਹਾਂ, ਆਪਾਂ ਸਾਰਾ ਬੈਕਗ੍ਰਾਉਂਡ ਤਾਂ ਬਣਤਾ। ਗੁਰੂ ਨਾਨਕ ਦੇਵ ਜੀ ਦੀ ਜੇ ਆਪਾਂ ਬਰਥ ਦੀ ਗੱਲ ਕਰੀਏ, ਠੀਕ ਹੈ, ਉਹਨਾਂ ਦੇ ਜਨਮ ਦੀ ਗੱਲ ਕਰੀਏ, ਤਾਂ ਇਹਦੇ ਵਿੱਚ ਇੱਕ ਕੰਟਰੋਵਰਸੀ ਹੈ। ਕਈ ਜਿਹੜੇ ਸਾਖੀਆਂ ਸੀਗੀਆਂ ਗੁਰੂ ਨਾਨਕ ਦੇਵ ਜੀ ਨੇ, ਜਿਵੇਂ ਭਾਈ ਬਾਲਾ ਜੀ ਨੇ ਸਾਖੀ ਲਿਖੀ ਸੀਗੀ ਉਹਦੇ ਅਕੋਰਡਿੰਗ ਤਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਸੀਗਾ ਉਹ ਕੱਤੇ ਦੀ ਪੂਰਨਮਾਸ਼ੀ ਨੂੰ ਹੋਇਆ ਸੀਗਾ, 1469 1469 ਈੜੀ ਦੇ ਵਿੱਚ। ਕੱਤਕ ਜਿਹੜਾ ਹੁੰਦਾ ਹੈ ਇਹ ਦੇਸੀ ਮਹੀਨੇ ਹੁੰਦੇ ਨੇ, ਜਿਵੇਂ ਆਪਾਂ ਜਨਵਰੀ ਫਰਵਰੀ ਮਾਰਚ ਪੜ੍ਹਦੇ ਹਾਂ ਐਵੇਂ ਸੌਣ ਅੱਸੂ ਭਾਦੋ ਇਹ ਸਾਰੇ ਦੇਸੀ ਮਹੀਨੇ ਹੁੰਦੇ ਨੇ। ਦੇਸੀ ਮਹੀਨੇ ਦਾ ਕੱਤਕ ਮਹੀਨੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀਗਾ। ਇਹ ਸੀਗਾ ਜੀ ਜਨਮ ਸਾਖੀ ਉਹ ਭਾਈ ਬਾਲਾ ਜੀ ਦੀ ਜਿਹੜੀ ਜਨਮ ਸਾਖੀ ਸੀਗੀ ਉਹਦੇ ਅਕੋਰਡਿੰਗ ਤਾਂ ਇਹ ਕਿਹਾ ਜਾਂਦਾ ਹੈ, ਬਟ ਕਈ ਹੋਰ ਸਾਖੀਆਂ ਹੋ ਗਈਆਂ। ਉਸ ਤੋਂ ਇਲਾਵਾ ਭਾਈ ਜਿਹੜੇ ਮਣੀ ਸਿੰਘ ਸੀਗੇ ਉਹਨਾਂ ਦੀ ਜਨਮ ਸਾਖੀ ਦੇ ਅਕੋਰਡਿੰਗ ਜਿਹੜੇ ਗੁਰੂ ਨਾਨਕ ਦੇਵ ਜੀ ਦਾ ਜਨਮ ਸੀਗਾ ਉਹ ਵਿਸਾਖੀ ਅਪ੍ਰੈਲ ਮਹੀਨੇ ਦੇ ਵਿੱਚ ਹੋਇਆ ਸੀਗਾ, 13 ਅਪ੍ਰੈਲ 1469, ਠੀਕ ਹੈ। ਇਹ ਅਲੱਗ ਅਲੱਗ ਜਿਹੜੇ ਸਿੱਖ ਇਤਿਹਾਸਕਾਰ ਸੀਗੇ ਉਹਨਾਂ ਦੇ ਅਕੋਰਡਿੰਗ ਗੁਰੂ ਨਾਨਕ ਦੇਵ ਜੀ ਦਾ ਜਨਮ ਤਰੀਕ ਇਹਨਾਂ ਨੇ ਦੱਸੀ ਹੋਈ ਸੀਗੀ। ਬਟ ਜੇ ਆਪਾਂ ਫਾਈਨਲੀ ਗੱਲ ਕਰੀਏ ਤਾਂ ਜਿਹੜਾ ਅਪ੍ਰੈਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਮੰਨਿਆ ਗਿਆ, ਮਤਲਬ ਭਾਈ ਮਣੀ ਸਿੰਘ ਦੀ ਜਿਹੜੀ ਜਨਮ ਸਾਖੀ ਸੀਗੀ ਉਹਦੇ ਅਕੋਰਡਿੰਗ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ 13 ਅਪ੍ਰੈਲ 1469 ਹੋਇਆ ਸੀਗਾ ਉਹਨੂੰ ਕਰੈਕਟ ਮੰਨਿਆ ਗਿਆ, ਬਟ ਕਈ ਸਕਾਲਰ ਉਹਨੂੰ ਗਲਤ ਮੰਨਦੇ ਸੀਗੇ, ਕਈ ਕਰੈਕਟ ਮੰਨਦੇ ਸੀਗੇ। ਤੇ ਅੱਜ ਦੇ ਸਮੇਂ ਦੀ ਜੇ ਆਪਾਂ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਿਹਾੜਾ ਹੈਗਾ, ਮਤਲਬ ਪ੍ਰਕਾਸ਼ ਉਤਸਵ ਹੈਗਾ, ਉਹ ਨਵੰਬਰ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ। ਮਤਲਬ ਜਿਹੜੀ ਭਾਈ ਬਾਲਾ ਜੀ ਦੀ ਸਾਖੀ ਸੀਗੀ ਉਹਨਾਂ ਨੇ ਜਿਹੜੀ ਜਨਮ ਤਰੀਕ ਦੱਸੀ ਸੀਗੀ ਵੀ ਕੱਤਕ ਦੀ ਪੂਰਨਮਾਸ਼ੀ ਨੂੰ ਉਹਨਾਂ ਦਾ ਜਨਮ ਹੋਇਆ ਸੀਗਾ, ਉਹਦੇ ਅਕੋਰਡਿੰਗ ਹੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਹੈ ਉਹ ਨਵੰਬਰ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ। ਤੇ ਇਸ ਸਾਲ 550ਵੀਂ ਬਰਥ ਐਨਵਰਸਰੀ ਗੁਰੂ ਨਾਨਕ ਦੇਵ ਜੀ ਦੀ ਸੈਲੀਬ੍ਰੇਟ ਹੋਣ ਜਾ ਰਹੀ ਹੈ, ਉਹਦੇ ਬਾਰੇ ਆਪਾਂ ਅੱਗੇ ਪੜਾਂਗੇ। ਗੁਰੂ ਨਾਨਕ ਦੇਵ ਜੀ ਦਾ ਜਨਮ ਤਲਵੰਡੀ ਪਿੰਡ ਦੇ ਵਿੱਚ ਹੋਇਆ ਜਿਹੜਾ ਕਿ ਅੱਜ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੈ। ਇਹਨਾਂ ਦੀ ਮਾਤਾ ਜੀ ਦਾ ਨਾਮ ਤ੍ਰਿਪਤਾ ਸੀਗਾ, ਫਾਦਰ ਇਹਨਾਂ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਸੀਗਾ, ਜਿਹੜੇ ਕਿ ਇੱਕ ਪਟਵਾਰੀ ਸੀਗੇ, ਜਗੀਰਦਾਰ ਰਾਏ ਭੁਲਾਰ ਸੀਗਾ ਜਿਹੜੇ ਇਹਨਾਂ ਦੇ ਅੰਡਰ ਇਹ ਪਟਵਾਰੀ ਸੀਗੇ। ਗੁਰੂ ਨਾਨਕ ਦੇਵ ਜੀ ਬੇਦੀ ਖੱਤਰੀ ਕਾਸ਼ਟ ਤੋਂ ਬਿਲੋਂਗ ਕਰਦੇ ਸੀਗੇ, ਇਹਨਾਂ ਦੇ ਜਿਹੜੇ ਭੈਣ ਸੀਗੇ ਉਹਨਾਂ ਦਾ ਨਾਮ ਸੀਗਾ ਬੇਬੀ ਨਾਨਕੀ। ਗੁਰੂ ਨਾਨਕ ਦੇਵ ਜੀ ਦੀ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਤੇ ਇਹਨਾਂ ਦੇ ਬਚਪਨ ਦੀ ਗੱਲ ਕਰੀਏ ਤਾਂ ਬਚਪਨ ਤੋਂ ਕਾਫੀ ਜ਼ਿਆਦਾ ਬ੍ਰਿਲੀਅੰਟ ਸਟੂਡੈਂਟ ਸੀਗੇ, ਕਾਫੀ ਬ੍ਰਾਈਟ ਸੀਗੇ ਤੇ ਸੀਰੀਅਸ ਨੇਚਰ ਦੇ ਸੀਗੇ ਗੁਰੂ ਨਾਨਕ ਦੇਵ ਜੀ, ਠੀਕ ਹੈ। ਉਸ ਤੋਂ ਇਲਾਵਾ ਬਾਕੀ ਆਪਦੀ ਏਜ ਦੇ ਜਿਹੜੇ ਬੱਚੇ ਸੀਗੇ ਉਹਨਾਂ ਨਾਲੋਂ ਕਾਫੀ ਜ਼ਿਆਦਾ ਗੁਰੂ ਨਾਨਕ ਦੇਵ ਜੀ ਇੰਟੈਲੀਜੈਂਟ ਸੀਗੇ। 7 ਸਾਲ ਦੀ ਉਮਰ ਦੇ ਵਿੱਚ
ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੂੰ ਭੇਜਿਆ ਗਿਆ ਜੀ ਪੰਡਿਤ ਬ੍ਰਿਜ ਲਾਲ ਕੋਲ। ਪੰਡਿਤ ਬ੍ਰਿਜ ਲਾਲ ਜੀ ਕੋਲੋਂ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਸੰਸਕ੍ਰਿਤ। ਉਸ ਤੋਂ ਬਾਅਦ ਫਾਈਨਲੀ ਗੁਰੂ ਨਾਨਕ ਦੇਵ ਜੀ ਨੂੰ ਮੌਲਵੀ ਕੁਤਬਦੀਨ ਕੋਲ ਭੇਜਿਆ ਗਿਆ ਤੇ ਉਹਨਾਂ ਤੋਂ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਪਰਸ਼ੀਅਨ। ਠੀਕ ਹੈ, ਮਤਲਬ ਅਲੱਗ ਅਲੱਗ ਜਿਹੜੇ ਧਰਮਾਂ ਦੇ ਜਿਹੜੇ ਟੀਚਰ ਸੀਗੇ ਸਾਰਿਆਂ ਕੋਲ ਗੁਰੂ ਨਾਨਕ ਦੇਵ ਜੀ ਨੇ ਆਪਣਾ ਗਿਆਨ ਹਾਸਿਲ ਕਰਿਆ। ਹੁਣ ਇੱਥੋਂ ਇੱਕ ਕਰੰਟ ਅਫੇਅਰ ਬਣਦਾ, ਮੈਂ ਤੁਹਾਨੂੰ ਇਹ ਵੀ ਨਾਲ ਦੱਸੂਗਾ ਵੀ ਕਿਹੜੇ ਕਿਹੜੇ ਕਰੰਟ ਅਫੇਅਰ ਗੁਰੂ ਨਾਨਕ ਦੇਵ ਜੀ ਨਾਲ ਐਸੋਸੀਏਟਡ ਨੇ, ਉਹ ਆਪਾਂ ਨਾਲ ਨਾਲ ਕਰਦੇ ਜਾਵਾਂਗੇ। ਰੀਸੈਂਟਲੀ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਦੇ ਨਨਕਾਣਾ ਸਾਹਿਬ ਦੇ ਵਿੱਚ ਇੱਕ ਗੁਰਦੁਆਰਾ ਹੈ ਜਿਹਦਾ ਨਾਮ ਹੈ ਜੀ ਗੁਰਦੁਆਰਾ ਬਾਲ ਲੀਲਾ ਸਾਹਿਬ। ਇਹਨੂੰ ਪਾਕਿਸਤਾਨ ਦੀ ਸਰਕਾਰ ਨੇ ਦੁਬਾਰਾ ਤੋਂ ਓਪਨ ਰੀਓਪਨ ਕਰਤਾ 10 ਸਾਲਾਂ ਬਾਅਦ। ਮਤਲਬ ਇਹ ਗੁਰਦੁਆਰਾ ਪਹਿਲਾਂ ਬੰਦ ਸੀਗਾ, ਇਹਨੂੰ ਹੁਣ ਪਾਕਿਸਤਾਨ ਦੀ ਸਰਕਾਰ ਨੇ ਦੁਬਾਰਾ ਤੋਂ 10 ਸਾਲਾਂ ਬਾਅਦ ਰੀਓਪਨ ਕਰਿਆ। ਤੇ ਇਹ ਕਿਹਾ ਜਾਂਦਾ ਵੀ ਜਿਹੜਾ ਇਹ ਗੁਰਦੁਆਰਾ ਸੀਗਾ ਇਹ ਪਲੇਸ ਸੀਗੀ ਜਿਹੜੀ ਗੁਰੂ ਨਾਨਕ ਦੇਵ ਜੀ ਇੱਥੇ ਆਪਦੇ ਬਚਪਨ ਦੇ ਵਿੱਚ, ਇਹ ਜਿਹੜਾ ਗੁਰਦੁਆਰਾ ਬਾਲ ਲੀਲਾ ਸਾਹਿਬ ਅੱਜ ਦੇ ਸਮੇਂ ਹੈ, ਇਸ ਪਲੇਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਆਪਦੇ ਬਚਪਨ ਦੇ ਵਿੱਚ ਖੇਡਿਆ ਕਰਦੇ ਸੀਗੇ, ਇਹ ਕਿਹਾ ਜਾਂਦਾ। ਉਸ ਤੋਂ ਬਾਅਦ ਹੈਗਾ ਜੀ ਕਨਸੈਪਟ ਆਫ ਸੱਚਾ ਸੌਦਾ। ਸੱਚਾ ਸੌਦਾ ਪਿੱਛੇ ਕੀ ਕਹਾਣੀ ਆ? ਗੁਰੂ ਨਾਨਕ ਦੇਵ ਜੀ ਦੇ ਬਾਰੇ ਆਪਾਂ ਨੂੰ ਪਤਾ ਵੀ ਸਪਿਰਚੁਅਲ ਨੌਲੇਜ ਉਹਨਾਂ ਨੂੰ ਕਾਫੀ ਜ਼ਿਆਦਾ ਸੀਗੀ, ਤੇ ਉਸ ਤੋਂ ਬਾਅਦ ਉਹ ਜਿਹੜੇ ਪੀਰ ਸੀਗੇ ਫਕੀਰ ਉਹਨਾਂ ਨਾਲ ਉਹਨਾਂ ਦੇ ਕਾਫੀ ਮਤਲਬ ਉਹਨਾਂ ਦੇ ਨਾਂ ਰਹਿੰਦੇ ਸੀਗੇ ਸੰਤ, ਉਹਨਾਂ ਤੋਂ ਜਿਹੜੀਆਂ ਉਹਨਾਂ ਦੀਆਂ ਮਤਲਬ ਨੌਲੇਜ ਸੀਗੀ ਉਹ ਗੁਰੂ ਨਾਨਕ ਦੇਵ ਜੀ ਗੇਨ ਕਰਦੇ ਰਹੇ। ਤੇ ਜਿਹੜੇ ਇਹਨਾਂ ਦੇ ਫਾਦਰ ਸੀਗੇ ਇਹਨਾਂ ਨੇ ਇੱਕ ਵਾਰ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦਿੱਤੇ ਵੀ ਭਾਈ ਬਾਜ਼ਾਰ 'ਚ ਜਾ ਕੇ ਤੂੰ ਕੋਈ ਸੱਚਾ ਬਿਜ਼ਨਸ ਕਰਕੇ ਆ। ਠੀਕ ਹੈ, ਤੇ ਗੁਰੂ ਨਾਨਕ ਦੇਵ ਜੀ ਉਦੋਂ ਨਿਆਣਮੱਤ ਸੀਗੇ, ਛੋਟੇ ਸੀਗੇ ਉਮਰ ਦੇ ਵਿੱਚ ਤੇ ਇਨਐਕਸਪੀਰੀਅੰਸ ਘੱਟ ਤਜਰਬਾ ਸੀਗਾ। ਸੋ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਇਹਨਾਂ ਨੇ ਭਾਈ ਬਾਲਾ ਨੂੰ, ਜਿਹੜੇ ਭਾਈ ਬਾਲਾ ਜੀ ਸੀਗੇ ਇਹਨਾਂ ਨੂੰ ਨਾਲ ਭੇਜਤਾ ਗੁਰੂ ਨਾਨਕ ਦੇਵ ਜੀ ਦੇ ਵੀ ਉਹ ਸੱਚਾ ਸੌਦਾ ਕਰਕੇ ਆਉਣ। ਗੁਰੂ ਨਾਨਕ ਦੇਵ ਜੀ ਜਦੋਂ ਜਾ ਰਹੇ ਸੀਗੇ ਤਾਂ ਰਾਹ 'ਚ ਉਹਨਾਂ ਨੇ ਭੁੱਖੇ ਸਾਧੂ ਦੇਖੇ ਤੇ ਉਹਨਾਂ ਦੀ ਭੁੱਖ ਦੇਖ ਕੇ ਗੁਰੂ ਨਾਨਕ ਦੇਵ ਜੀ ਜਿਹੜੇ ਉਹ 20 ਰੁਪਏ ਸੀਗੇ ਉਹਨਾਂ ਦਾ ਉਹਨਾਂ ਨੂੰ ਰਾਸ਼ਨ ਲੈ ਕੇ ਦੇਤਾ। ਠੀਕ ਹੈ, ਉਹਨਾਂ ਨੂੰ ਭੋਜਨ ਛਕਾਤਾ ਜਿਹੜੇ ਭੁੱਖੇ ਸਾਧੂ ਸੀਗੇ। ਤੇ ਜਦੋਂ ਘਰੇ ਖਾਲੀ ਹੱਥ ਆਏ ਤਾਂ ਉਹਨਾਂ ਦੇ ਪਿਤਾ ਜੀ ਨੂੰ ਸਾਰੀ ਗੱਲ ਉਹਨਾਂ ਨੇ ਸੱਚ ਦੱਸੀ ਵੀ ਐਵੇਂ ਕਰਕੇ ਜਿਹੜੇ ਭੁੱਖੇ ਸਾਧੂ ਸੀਗੇ ਉਹਨਾਂ ਨੂੰ ਮੈਂ ਭੋਜਨ ਛਕਾਇਆ, ਕੋਈ ਮਤਲਬ ਉਸ ਇਹ ਅਸਲੀ ਸੱਚਾ ਸੌਦਾ ਸੀਗਾ ਗੁਰੂ ਨਾਨਕ ਦੇਵ ਜੀ ਦੇ ਅਕੋਰਡਿੰਗ। ਤੇ ਜਿਹੜੇ ਇਹਨਾਂ ਦੇ ਫਾਦਰ ਸੀਗੇ ਉਹਨਾਂ ਨੂੰ ਇਹ ਗੱਲ ਸੁਣ ਕੇ ਬਹੁਤ ਮਤਲਬ ਦੁਖੀ ਹੋਏ, ਕਿਉਂਕਿ ਜਿਹੜੇ ਫਾਦਰ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਫਾਦਰ ਸੀਗੇ ਉਹ ਦੁਨੀਆਦਾਰੀ ਦੀਆਂ ਗੱਲਾਂ ਮਤਲਬ ਜ਼ਿਆਦਾ ਦੁਨੀਆਦਾਰੀ ਬਾਰੇ ਜ਼ਿਆਦਾ ਸੋਚਦੇ ਸੀਗੇ, ਗੁਰੂ ਨਾਨਕ ਦੇਵ ਜੀ ਦੁਨੀਆਦਾਰੀ ਤੋਂ ਕਾਫੀ ਜ਼ਿਆਦਾ ਪਰੇ ਸੀਗੇ। ਹੁਣ ਜੇ ਆਪਾਂ ਗੁਰੂ ਨਾਨਕ ਦੇਵ ਜੀ ਦੇ ਮੈਰਿਜ ਕਰੀਏ ਤਾਂ ਇਹਨਾਂ ਦੇ ਫਾਦਰ ਸੀਗੇ ਜਿਹੜੇ ਉਹ ਕਾਫੀ ਜ਼ਿਆਦਾ ਚਿੰਤਾ 'ਚ ਸੀਗੇ ਵੀ ਸਾਡਾ ਜਿਹੜਾ ਮੁੰਡਾ ਹੈਗਾ ਉਹ ਦੁਨੀਆਦਾਰੀ ਦੀ ਉਹਨੂੰ ਸਮਝ ਘੱਟ ਹੈ ਤੇ ਉਹ ਮਤਲਬ ਰੱਬ ਦੀ ਭਗਤੀ ਮੈਡੀਟੇਸ਼ਨ ਦੇ ਵਿੱਚ ਕਾਫੀ ਜ਼ਿਆਦਾ ਲੀਨ ਰਹਿੰਦਾ ਹੈ। ਸੋ ਉਹਨਾਂ ਦਾ ਮਨ ਬਦਲਾਉਣ ਦੇ ਲਈ ਉਹਨਾਂ ਦੇ ਪਿਤਾ ਜੀ ਨੇ ਇਹ ਡਿਸਾਈਡ ਕਰਿਆ ਵੀ ਉਹਨਾਂ ਦਾ ਹੁਣ ਵਿਆਹ ਕਰ ਦਿੱਤਾ ਜਾਵੇ। 14 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਬੀਬੀ ਸੁਲੱਖਣੀ ਦੇ ਨਾਲ ਅੰਗੇਜ ਕਰ ਦਿੱਤਾ ਗਿਆ ਤੇ ਉਹਨਾਂ ਦਾ ਵਿਆਹ ਹੋ ਗਿਆ। ਜਿਹੜੇ ਬੀਬੀ ਸੁਲੱਖਣੀ ਸੀਗੇ ਇਹ ਇੱਕ ਮੂਲ ਰਾਜ ਪਰਸਨ ਸੀਗੇ, ਉਹਨਾਂ ਦੀ ਬੇਟੀ ਸੀਗੇ ਜਿਹੜੇ ਕਿ ਬਟਾਲਾ ਅੱਜ ਦੇ ਸਮੇਂ ਗੁਰਦਾਸਪੁਰ ਦੀ ਮਤਲਬ ਤਹਿਸੀਲ ਹੈ ਉੱਥੋਂ ਦੇ ਇਹ ਵਸਨੀਕ ਸੀਗੇ। ਅਗਲੇ ਸਾਲ ਗੁਰੂ ਨਾਨਕ ਦੇਵ ਜਿਹੜੇ ਬੀਬੀ ਸੁਲੱਖਣੀ ਸੀਗੇ ਉਹਨਾਂ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ, ਇੱਕ ਤਾਂ ਸ਼੍ਰੀ ਚੰਦ ਜੀ ਸੀਗੇ ਤੇ ਦੂਜੇ ਸੀਗੇ ਲਖਮੀ ਦਾਸ। ਇਹਨਾਂ ਦੋ ਪੁੱਤਾਂ ਨੂੰ ਬੀਬੀ ਸੁਲੱਖਣੀ ਜੀ ਨੇ ਜਨਮ ਦਿੱਤਾ। ਤੇ ਗੁਰੂ ਨਾਨਕ ਦੇਵ ਜੀ ਵਿਆਹ ਤੋਂ ਬਾਅਦ ਵੀ ਉਹਨਾਂ ਨੇ ਜਿਹੜਾ ਆਪਣਾ ਪਾਠ ਸੀਗਾ, ਠੀਕ ਹੈ, ਆਪਣਾ ਧਿਆਨ ਆਪਣੇ ਮੈਡੀਟੇਸ਼ਨ ਕਰਦੇ ਸੀਗੇ ਉਹ ਰਾਹ ਗੁਰੂ ਨਾਨਕ ਦੇਵ ਜੀ ਨੇ ਨਹੀਂ ਛੱਡਿਆ। ਉਸ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਆਪਾਂ ਚੱਲਦੇ ਹਾਂ ਵੀ ਉਦੋਂ ਕੀ ਕਿੱਸਾ ਹੋਇਆ ਸੀਗਾ। ਮਹਿਤਾ ਕਾਲੂ ਜੀ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਸੀਗੇ ਉਹਨਾਂ ਨੇ ਕੀ ਕਰਿਆ, ਜਿਹੜੇ ਆਪਣੇ ਗੁਰੂ ਨਾਨਕ ਦੇਵ ਜੀ ਜਿਹੜੇ ਬ੍ਰਦਰ ਇਨ ਲੋ ਸੀਗੇ ਜੀਜਾ ਜੀ ਬੀਬੀ ਨਾਨਕੀ ਦੇ ਜਿਹੜੇ ਹਸਬੈਂਡ ਸੀਗੇ ਜੈ ਰਾਮ ਉਹਨਾਂ ਨਾਲ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਭੇਜਤਾ। ਕਿਉਂਕਿ ਆਪਾਂ ਪਿੱਛੇ ਪੜਿਆ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਐਜੂਕੇਸ਼ਨ ਵਧੀਆ ਪ੍ਰਾਪਤ ਕਰੀ ਸੀਗੀ, ਗੁਰੂ ਨਾਨਕ ਦੇਵ ਜੀ ਪਰਸ਼ੀਅਨ ਤੇ ਮੈਥ ਦੇ ਵਿੱਚ ਮਤਲਬ ਉਹਨਾਂ ਨੂੰ ਵਧੀਆ ਨੌਲੇਜ ਸੀਗੀ। ਸੋ ਜੈ ਰਾਮ ਨੇ ਮਤਲਬ ਜਿਹੜੇ ਉੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਮੋਦੀ ਖਾਨਾ ਸੀਗਾ, ਠੀਕ ਹੈ, ਫੌਜ ਸੁਲਤਾਨ ਦੌਲਤ ਖਾਨ ਦਾ, ਉਹਦੇ ਵਿੱਚ ਮਤਲਬ ਜੈ ਰਾਮ ਨੇ ਮਤਲਬ ਗੁਰੂ ਨਾਨਕ ਦੇਵ ਜੀ ਨੂੰ ਨੌਕਰੀ ਦਵਾਤੀ ਸੀਗੀ। ਜਿਹੜਾ ਦੌਲਤਪੁਰ ਜਿਹੜਾ ਸੁਲਤਾਨਪੁਰ ਲੋਧੀ ਦੇ ਵਿੱਚ ਮੋਦੀ ਖਾਨਾ ਸੀਗਾ। ਗੁਰੂ ਨਾਨਕ ਦੇਵ ਜੀ ਨੇ ਆਪਣਾ ਕੰਮ ਮੋਦੀਖਾਨੇ ਦੇ ਵਿੱਚ ਕਾਫੀ ਜ਼ਿਆਦਾ ਸਿੰਸੈਰਟੀ ਮਤਲਬ ਓਨੈਸਟੀ ਇਮਾਨਦਾਰੀ ਨਾਲ ਨਿਭਾਇਆ। ਇੱਕ ਵਾਰ ਇੱਥੇ ਵੀ ਇੱਕ ਕਿੱਸਾ ਮਤਲਬ ਇੱਕ ਕਿਹਾ ਜਾਂਦਾ ਇਹ ਕਹਾਣੀ ਹੈਗੀ ਵੀ ਇੱਥੇ ਇੱਕ ਤੱਕੜੀ ਤੋਲੀ ਸੀਗੀ ਤੇ ਉਦੋਂ ਗੁਰੂ ਨਾਨਕ ਦੇਵ ਜੀ ਕਹਿੰਦੇ 13-13 ਸਭ ਕੁਛ 13 ਉਹਦੇ ਨਾਲ ਮਤਲਬ ਗਲਤ ਤੁਲ ਗਿਆ ਤੇ ਜਦੋਂ ਇਹ ਗੱਲ ਪਤਾ ਚੱਲੀ ਤਾਂ ਗੁਰੂ ਨਾਨਕ ਦੇਵ ਜੀ ਦੇ ਉੱਪਰ ਇਹ ਆਰੋਪ ਲੱਗਿਆ ਸੀਗਾ ਵੀ ਉਹਨਾਂ ਨੇ ਗਲਤ ਤੋਲਤਾ ਤੇ ਮਤਲਬ ਘਾਟਾ ਪਵਾਤਾ। ਬਟ ਜਦੋਂ ਸਾਰੇ ਅਕਾਊਂਟਸ ਦੁਬਾਰਾ ਤੋਂ ਚੈੱਕ ਕਰੇ ਗਏ ਤਾਂ ਉਦੋਂ ਸਭ ਕੁਝ ਠੀਕ ਪਾਇਆ ਗਿਆ। ਤੇ ਉਸ ਤੋਂ ਬਾਅਦ ਕੀ ਹੋਇਆ, ਗੁਰੂ ਨਾਨਕ ਦੇਵ ਜੀ ਨੇ ਮੋਦੀ ਖਾਣੇ ਦੀ ਜਿਹੜੀ ਜੋਬ ਸੀਗੀ ਉਹ ਛੱਡਤੀ ਤੇ ਜਿਹੜੇ ਇਹਨਾਂ ਦੇ ਵਾਈਫ ਸੀਗੇ ਬੀਬੀ ਸੁਲੱਖਣੀ ਜੀ ਉਹਨਾਂ ਨੂੰ ਸੁਲਤਾਨਪੁਰ ਬੁਲਾ ਲਿਆ ਤੇ ਇਹ ਜਿਹੜੀ ਆਪਣੀ ਮੈਰਿਡ ਲਾਈਫ ਸੀਗੇ ਉਹ ਮਤਲਬ ਸਿੰਪਲ ਤੇ ਪ੍ਰਾਈਸ ਮੈਰਿਡ ਲਾਈਫ ਉਹ ਜੀਣ ਲੱਗੇ ਸੀਗੇ। ਹੁਣ ਗੱਲ ਕਰਦੇ ਹਾਂ ਆਪਾਂ ਗੁਰੂ ਨਾਨਕ ਦੇਵ ਜੀ ਦੀ ਐਨਲਾਈਟਨਮੈਂਟ ਦੀ। ਠੀਕ ਹੈ, ਇੱਕ ਵਾਰ ਕੀ ਹੋਇਆ, ਗੁਰੂ ਨਾਨਕ ਦੇਵ ਜੀ ਤੇ ਸਿੱਖ ਇਤਿਹਾਸ ਦੇ ਹਿਸਾਬ ਨਾਲ ਇਹ ਕਿਹਾ ਜਾਂਦਾ ਹੈ ਵੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਕਾਲੀ ਬੇਂ ਜਿਹੜੀ ਨਦੀ ਸੀਗੀ ਉਹਦੇ ਵਿੱਚ ਇਸ਼ਨਾਨ ਕਰਨ ਗਏ ਤੇ 3 ਦਿਨ ਦੇ ਲਈ ਮਤਲਬ ਉਹ
ਬਟ 3 ਦਿਨਾਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਇਨਲਾਈਟਨਮੈਂਟ ਹੋਈ, ਠੀਕ ਹੈ, ਮਤਲਬ ਗੁਰੂ ਨਾਨਕ ਦੇਵ ਜੀ ਟੋਟਲੀ ਚੇਂਜ ਹੋ ਕੇ ਜਦੋਂ ਰਿਵਰ ਦੇ ਵਿੱਚੋਂ ਬਾਹਰ ਆਏ ਤਾਂ ਉਦੋਂ ਸਾਰੇ ਜਣੇ ਹੈਰਾਨ ਹੋ ਗਏ ਵੀ 3 ਦਿਨਾਂ ਬਾਅਦ ਕੋਈ ਪਰਸਨ ਰਿਵਰ ਦੇ ਵਿੱਚੋਂ ਕਿਵੇਂ ਨਿਕਲ ਸਕਦਾ, ਠੀਕ ਹੈ, ਮਤਲਬ ਇਹ ਇੰਪੋਸੀਬਲ ਸੀਗਾ। ਕਾਫੀ ਜਿਹੜੇ ਲੋਕ ਸੀਗੇ ਉਹ ਇਹ ਗੱਲ ਹੈਰਾਨ ਸੀਗੇ, ਤੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਇਹ ਮਤਲਬ ਫੋਰਸ ਕਰਿਆ ਗਿਆ ਵੀ ਕੁਝ ਬੋਲਣ ਉਹ, ਤਾਂ ਉਹਨਾਂ ਨੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਕੱਢਿਆ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਇਹ ਸ਼ਬਦ ਦਾ ਜਦੋਂ ਮਤਲਬ ਜਾਣਨ ਦੇ ਲਈ ਕਾਫੀ ਜ਼ਿਆਦਾ ਜਿਹੜੇ ਕਾਜ਼ੀ ਸੀਗੇ, ਪੰਡਿਤ ਸੀਗੇ, ਉਹਨਾਂ ਨੇ ਇਹ ਸ਼ਬਦ ਦਾ ਮਤਲਬ ਜਾਣਨ ਦੇ ਲਈ ਗੁਰੂ ਨਾਨਕ ਦੇਵ ਜੀ ਨੂੰ ਕਿਹਾ, ਤਾਂ ਉਹਨਾਂ ਨੇ ਕਿਹਾ ਵੀ ਸਾਰੇ ਜਿਹੜੇ ਆਪਾਂ ਧਰਮ ਦੇ ਲੋਕ ਆ, ਇਹ ਆਪਣੇ ਧਰਮ ਦਾ ਸਾਰ ਆਪਾਂ ਮਤਲਬ ਭੁੱਲ ਚੁੱਕਿਆ, ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ, ਸਾਰੇ ਇਨਸਾਨ ਆਗੇ, ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਲਈ ਮਤਲਬ ਮਿਲ ਕੇ ਰਹਿਣਾ ਚਾਹੀਦਾ ਹੈ। ਸੋ ਗੁਰੂ ਨਾਨਕ ਦੇਵ ਜੀ ਜਿਹੜੇ ਟੀਚਿੰਗ ਸੀਗੀਆਂ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਨੇਗੀਆਂ, ਇਹਨਾਂ ਦਾ ਜਿਹੜਾ ਮੈਸੇਜ ਸੀਗਾ ਅੱਜ ਤੱਕ ਇਹਨਾਂ ਦੇ ਮੈਸੇਜ ਨੇਗੇ ਕਾਫੀ ਮਤਲਬ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ, ਤੇ ਮਤਲਬ ਸਾਰੀ ਦੁਨੀਆਂ ਦੇ ਵਿੱਚ ਇਹਨਾਂ ਦਾ ਮੈਸੇਜ ਸਪਰੈਡ ਕੀਤਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦਾ, ਠੀਕ ਹੈ। ਤੇ ਉਸ ਤੋਂ ਬਾਅਦ ਕੀ ਹੋਇਆ, ਗੁਰੂ ਨਾਨਕ ਦੇਵ ਜੀ ਨੇ ਜਿਹੜੇ ਆਪਣਾ ਮੈਸੇਜ ਸੀਗਾ ਸਾਰਾ ਉਹ ਸਪਰੈਡ ਕਰਨ ਦੇ ਲਈ, ਉਸ ਪਹਿਲਾਂ ਤਾਂ ਆਪਣੀ ਜਿਹੜੀ ਜੋਬ ਸੀਗੀ ਮੋਦੀ ਖਾਨੇ ਦੀ, ਗੁਰੂ ਨਾਨਕ ਦੇਵ ਜੀ ਨੇ ਉਹ ਜੋਬ ਛੱਡੀ, ਤੇ ਉਸ ਤੋਂ ਬਾਅਦ ਆਪਣਾ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਮੈਸੇਜ ਦੇਣਾ ਚਾਹੁੰਦੇ ਸੀਗੇ ਦੁਨੀਆਂ ਨੂੰ, ਉਹ ਸਾਰਾ ਉਹ ਮੈਸੇਜ ਸਪਰੈਡ ਕਰਨ ਦੇ ਲਈ ਗੁਰੂ ਨਾਨਕ ਦੇਵ ਜੀ ਨੇ ਵੱਖ ਵੱਖ ਉਦਾਸੀਆਂ ਕਰੀਆਂ, ਸਾਰੀ ਦੁਨੀਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਗਏ ਤੇ ਆਪਣੇ ਆਪਣਾ ਜਿਹੜਾ ਮੈਸੇਜ ਸੀਗਾ ਉਹ ਲੋਕਾਂ ਤੱਕ ਉਹਨਾਂ ਨੇ ਪਹੁੰਚਾਇਆ। ਇਹ ਇੱਕ ਸੀਨ ਸੀਗਾ ਜਦੋਂ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਕਰ ਰਹੇ ਸੀਗੇ, ਤਾਂ ਉਦੋਂ ਹਰਿਦੁਆਰ ਦੀ ਗੱਲ ਹੈ, ਲੋਕ ਸੂਰਜ ਨੂੰ ਪਾਣੀ ਚੜਾ ਰਹੇ ਸੀਗੇ, ਤਾਂ ਗੁਰੂ ਨਾਨਕ ਦੇਵ ਜੀ ਨੇ ਜਦ ਇਹ ਗੱਲ ਦੇਖੀ ਤਾਂ ਉਹ ਸੂਰਜ ਦੀ ਓਪੋਜ਼ਿਟ ਪੁੱਠੀ ਦਿਸ਼ਾ ਵੱਲ ਪਾਣੀ ਚੜਾਉਣ ਲੱਗੇ, ਤੇ ਜਦੋਂ ਲੋਕਾਂ ਨੇ ਉਹਨਾਂ ਨੂੰ ਪੁੱਛਿਆ ਵੀ ਭਾਈ ਤੂੰ ਸੂਰਜ ਦੇ ਓਪੋਜ਼ਿਟ ਡਾਇਰੈਕਸ਼ਨ 'ਚ ਕਿਉਂ ਪਾਣੀ ਚੜਾ ਰਿਹਾ, ਤਾਂ ਉਹਨਾਂ ਨੇ ਕਿਹਾ ਵੀ ਜਦੋਂ ਤੁਹਾਡਾ ਦਿੱਤਾ ਪਾਣੀ ਸੂਰਜ ਵੱਲ ਜਾ ਸਕਦਾ ਤਾਂ ਮੇਰਾ ਦਿੱਤਾ ਪਾਣੀ ਮੇਰੇ ਖੇਤ ਪੰਜਾਬ ਮੇਰੇ ਖੇਤਾਂ ਵਿੱਚ ਕਿਉਂ ਨਹੀਂ ਜਾ ਸਕਦਾ। ਮਤਲਬ ਗੁਰੂ ਨਾਨਕ ਦੇਵ ਜੀ ਦੇ ਕਹਿਣ ਦਾ ਮਤਲਬ ਇਹ ਸੀਗਾ ਵੀ ਵਹਿਮ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਨਿਕਲ ਕੇ ਮਤਲਬ ਤੇ ਲੋਕਾਂ ਨੂੰ ਐਂ ਕਿਹਾ ਵੀ ਜੇ ਤੁਸੀਂ ਰੱਬ ਨਾਲ ਜੁੜਨਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਦੇ ਆਪ ਨਾਲ ਸੱਚੇ ਹੋ, ਫਿਰ ਹੀ ਰੱਬ ਨਾਲ ਤੁਹਾਡੀ ਪੂਰੀ ਲੀਨ ਲੱਗ ਸਕਦੀ ਹੈ, ਠੀਕ ਹੈ। ਮਤਲਬ ਲੋਕ ਉੱਥੇ ਜਿਹੜੇ ਹਰਿਦੁਆਰ ਦੇ ਵਿੱਚ ਜਿਹੜੇ ਪੰਡਿਤ ਸੀਗੇ ਜਿਹੜੇ ਉੱਥੇ ਸਾਧੂ ਸੰਤ ਸੀਗੇ ਉਹ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਉਂਦੇ ਸੀਗੇ ਵੀ ਤੁਸੀਂ ਏਦਾਂ ਕਰਕੇ ਸੂਰਜ ਨੂੰ ਪਾਣੀ ਚੜਾਓ ਤੇ ਤੁਹਾਡੇ ਜਿਹੜੇ ਸਾਰੇ ਕਾਜ ਕੰਮ ਕਾਰ ਨੇਗੇ ਉਹ ਸਵਾਰੇ ਜਾਣਗੇ, ਤੇ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਸਾਧੂਆਂ ਦੇ ਜਿਹੜੇ ਮਨ ਦੀ ਭਾਵਨਾ ਸੀਗੀ ਉਹ ਪਤਾ ਸੀਗੀ ਵੀ ਆਪਦੇ ਫਾਇਦੇ ਦੇ ਚੱਕਰ 'ਚ ਲੋਕਾਂ ਨੂੰ ਵਹਿਮਾਂ ਦੇ ਵਿੱਚ ਪਾ ਰਹੇ ਨੇ। ਸੋ ਉਹਨਾਂ ਨੂੰ ਵਹਿਮਾਂ ਦੇ ਕੱਢਣ ਦੇ ਲੋਕਾਂ ਨੂੰ ਵਹਿਮਾਂ ਦੇ ਵਿੱਚੋਂ ਕੱਢਣ ਦੇ ਲਈ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਰਾਹ ਦਿਖਾਇਆ ਲੋਕਾਂ ਨੂੰ ਵੀ ਤੁਸੀਂ ਪਹਿਲਾਂ ਆਪਦੇ ਆਪ ਨਾਲ ਸੱਚੇ ਹੋ ਫਿਰ ਹੀ ਰੱਬ ਨਾਲ ਜੁੜਿਆ ਜਾ ਸਕਦਾ। ਸੋ ਇਹ ਮੈਸੇਜ ਦਿੱਤਾ ਸੀਗਾ ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਆਪਦੀਆਂ ਉਦਾਸੀ ਸੀਗੀਆਂ ਚੱਲ ਰਹੀਆਂ ਸੀਗੀਆਂ ਹਰਿਦੁਆਰ ਦੇ ਵਿੱਚ। ਉਸ ਤੋਂ ਬਾਅਦ ਜੇ ਆਪਾਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਗੱਲ ਕਰੀਏ, ਉਦਾਸੀਆਂ ਦਾ ਭਾਵ ਮਤਲਬ ਜਿਹੜਾ ਇਹਨਾਂ ਨੇ ਆਪਣਾ ਜਿਹੜਾ ਮੈਸੇਜ ਦੇਣਾ ਸੀਗਾ ਗੁਰੂ ਨਾਨਕ ਦੇਵ ਜੀ ਨੇ ਵੱਖ ਵੱਖ ਦਿਸ਼ਾਵਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਗਏ, ਆਲ ਓਵਰ ਦਾ ਵਰਲਡ ਗੁਰੂ ਨਾਨਕ ਦੇਵ ਜੀ ਘੁੰਮੇ, ਠੀਕ ਹੈ, ਤੇ ਇਹਨਾਂ ਨੇ ਆਪਣਾ ਮੈਸੇਜ ਦੇਣ ਦੀ ਸਾਰੇ ਲੋਕਾਂ ਦਾ ਜਿਹੜੇ ਵਹਿਮ ਭਰਮ ਸੀਗੇ ਉਹ ਕੱਢੇ, ਠੀਕ ਹੈ, ਆਪਣਾ ਸਾਰਿਆਂ ਦੇ ਵਿੱਚ ਆਪਣਾ ਜਿਹੜਾ ਮੈਸੇਜ ਸੀਗਾ ਉਹ ਗੁਰੂ ਨਾਨਕ ਦੇਵ ਜੀ ਨੇ ਪਹੁੰਚਾਇਆ। ਤੇ ਹੁਣ ਆਪਾਂ ਜੇ ਉਦਾਸੀਆਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਮਤਲਬ ਥੋੜ੍ਹੀ ਜਿਹੀ ਕੰਟਰੋਵਰਸੀ ਹੈਗੀ। ਜੇ ਆਪਾਂ ਮਤਲਬ ਐਗਜੈਕਟ ਜਿਹੜਾ ਕਰੋਨੋਲੋਜੀਕਲੀ ਆਰਡਰ ਹੈਗਾ ਉਦਾਸੀਆਂ ਦਾ ਉਹ ਕਿਸੇ ਨੂੰ ਮਤਲਬ ਹਾਲੇ ਤੱਕ ਨਹੀਂ ਪਤਾ ਚੱਲਿਆ। ਕਈ ਇਤਿਹਾਸਕਾਰਾਂ ਦੇ ਅਕੋਰਡਿੰਗ ਜਿਹੜੇ ਉਦਾਸੀਆਂ ਸੀਗੀਆਂ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਮਤਲਬ ਟਰੈਵਲ ਕਰਿਆ ਸੀਗਾ ਉਹ 5 ਸੀਗੀਆਂ, ਠੀਕ ਹੈ, ਤੇ ਕਈਆਂ ਦੇ ਅਕੋਰਡਿੰਗ ਉਹ ਉਦਾਸੀਆਂ ਸੀਗੀਆਂ 4, ਠੀਕ ਹੈ। ਕਈ ਜਨਮ ਇਹ ਸਾਰਾ ਕੁਝ ਮਤਲਬ ਜਨਮ ਸਾਖੀਆਂ ਦੇ ਵਿੱਚ ਲਿਖਿਆ ਹੋਇਆ। ਜੇ ਆਪਾਂ ਭਾਈ ਗੁਰਦਾਸ ਜੀ ਦੀ ਜਨਮ ਸਾਖੀ ਦੇਖੀਏ, ਠੀਕ ਹੈ, ਪੁਰਾਤਨ ਜਨਮ ਸਾਖੀ ਦੇਖੀਏ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਿਹੜੇ ਲਿਖੀ ਹੈ, ਤਾਂ ਉਹਦੇ ਵਿੱਚ ਜਿਹੜੇ ਹਿਸਟੋਰੀਅਨ ਨੇਗੇ ਉਹਨਾਂ ਨੇ ਇਹ ਕਲੇਮ ਕੀਤਾ ਹੈ ਵੀ ਗੁਰੂ ਨਾਨਕ ਦੇਵ ਜੀ ਨੇ ਟੋਟਲ ਮਤਲਬ 4 ਉਦਾਸੀਆਂ ਕਰੀਆਂ ਸੀਗੀਆਂ। ਬਟ ਕਈ ਹੋਰ ਜਿਹੜੇ ਹਿਸਟੋਰੀਅਨ ਨੇਗੇ ਉਹਨਾਂ ਨੇ ਇਹ ਕਲੇਮ ਕਰਿਆ ਹੈ ਵੀ ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਉਦਾਸੀਆਂ ਟਰੈਵਲ ਕਰੀਆਂ ਸੀਗੀਆਂ ਉਹ ਕਰੀਆਂ ਸੀਗੀਆਂ ਜੀ 5। ਬਟ ਡਾਕਟਰ ਫੌਜਾ ਸਿੰਘ ਤੇ ਡਾਕਟਰ ਕਿਰਪਾਲ ਸਿੰਘ ਨੇ ਇਹ ਪ੍ਰੂਵ ਕਰਿਆ ਸੀਗਾ ਵੀ ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਉਦਾਸੀਆਂ ਟਰੈਵਲ ਕਰੀਆਂ ਸੀਗੀਆਂ ਉਹ ਟੋਟਲ 3 ਸੀਗੀਆਂ। ਸੋ ਤਾਂ ਕਰਕੇ ਇਹ ਕੁਐਸਚਨ ਪੇਪਰ 'ਚ ਨਹੀਂ ਪੁੱਛਿਆ ਜਾਂਦਾ ਵੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕਿੰਨੀਆਂ ਟਰੈਵਲ ਕਰੀਆਂ ਸੀਗੀਆਂ, ਕਿਉਂਕਿ ਇਹਦੇ ਮਤਲਬ ਇਹਦੇ ਪ੍ਰੋਪਰ ਮਤਲਬ ਅਲੱਗ ਅਲੱਗ ਹਿਸਟੋਰੀਅਨ ਦੇ ਹਿਸਾਬ ਨਾਲ, ਸਿੱਖ ਇਤਿਹਾਸ ਦੇ ਹਿਸਾਬ ਨਾਲ ਜਿੰਨੇ ਵੀ ਅਲੱਗ ਅਲੱਗ ਹਿਸਟੋਰੀਅਨ ਨੇਗੇ ਉਹਨਾਂ ਸਾਰਿਆਂ ਦੇ ਹਿਸਾਬ ਨਾਲ ਅਲੱਗ ਅਲੱਗ ਜਿਹਨਾਂ ਦਾ ਡਾਟਾ ਸੀਗਾ ਵੀ ਕਿਸੇ ਮਤਲਬ ਕਿਸੇ ਹਿਸਟੋਰੀਅਨ ਦੇ ਹਿਸਾਬ ਨਾਲ ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਕੀਤੀਆਂ ਸੀਗੀਆਂ ਤੇ ਕਿਸੇ ਦੇ ਹਿਸਾਬ ਨਾਲ ਗੁਰੂ ਨਾਨਕ ਦੇਵ ਜੀ ਨੇ 5 ਕੀਤੀਆਂ ਸੀਗੀਆਂ ਤੇ ਡਾਕਟਰ ਫੌਜਾ ਸਿੰਘ ਤੇ ਕਿਰਪਾਲ ਸਿੰਘ ਜੀ ਦੇ ਅਕੋਰਡਿੰਗ ਉਹਨਾਂ ਨੇ ਟੋਟਲ 3 ਉਦਾਸੀਆਂ ਟਰੈਵਲ ਕਰੀਆਂ ਸੀਗੀਆਂ। ਤੇ ਫਾਈਨਲੀ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਲਾਸਟ ਉਦਾਸੀ ਸੀਗੀ ਉਹ 1521 ਦੇ ਵਿੱਚ ਉਹਨਾਂ ਨੇ ਆਪਣੀ ਉਦਾਸੀ ਮਤਲਬ ਸਾਰੀ ਕੰਪਾਈਲੇਸ਼ਨ ਜਿਹੜੀ ਕੀਤੀ ਸੀ ਉਹਨਾਂ ਨੇ ਕੰਪਲੀਟ ਕਰਕੇ ਉਹ ਫਾਈਨਲੀ ਕਰਤਾਰਪੁਰ ਪਹੁੰਚੇ ਤੇ ਉਹਨਾਂ ਨੇ ਸ਼ਹਿਰ ਵਸਾਇਆ ਕਰਤਾਰਪੁਰ ਜੋ ਕਿ ਅੱਜ ਦੇ ਸਮੇਂ ਪਾਕਿਸਤਾਨ ਦੇ ਵਿੱਚ ਹੈ। ਤੇ ਆਪਣੀ ਜਿਹੜੀ ਜ਼ਿੰਦਗੀ ਦੇ ਆਖਰੀ 18 ਸਾਲ ਸੀਗੇ ਉਹ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਹੀ
ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਜਿਹੜੇ 18 ਸਾਲ ਸੀਗੇ ਉਹ ਬਤੀਤ ਕਰੇ ਸੀਗੇ। ਤੇ ਇੱਥੇ ਹੀ ਹੁਣ ਰੀਸੈਂਟ ਜਿਹੜੇ ਆਪਣਾ ਆਪਾਂ ਸੁਣ ਰਹੇ ਹਾਂ ਵੀ ਕਰਤਾਰਪੁਰ ਕੋਰੀਡੋਰ ਅਸਟੈਬਲਿਸ਼ ਕਰਿਆ ਜਾਂਦਾ, ਉਹ ਇਸੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਦੇ ਲਈ ਲੋਕ ਇਹ ਕਰਤਾਰਪੁਰ ਸਾਹਿਬ ਜਿਹੜਾ ਕੋਰੀਡੋਰ ਹੈਗਾ ਉਹ ਬਣਾਇਆ ਜਾ ਰਿਹਾ। ਠੀਕ ਹੈ, ਇਹਦੇ ਬਾਰੇ ਕੋਰੀਡੋਰ ਬਾਰੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਉਸ ਤੋਂ ਬਾਅਦ ਇੱਥੇ ਕਰਤਾਰਪੁਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਵੱਖ ਵੱਖ ਰਚਨਾਵਾਂ ਲਿਖੀਆਂ। ਫੋਰ ਐਗਜ਼ਾਮਪਲ ਵਾਰ ਮਲਹਾਰ, ਵਾਰ ਮਾਝਾ, ਵਾਰ ਆਸਾਂ ਦੀ ਵਾਰ ਹੋ ਗਈ, ਜਪਜੀ ਸਾਹਿਬ ਹੋ ਗਿਆ, ਕਾਫੀ ਇੰਪੋਰਟੈਂਟ ਹੈਗਾ। ਠੀਕ ਹੈ, ਕਾਫੀ ਵਧੀਆ ਰਚਨਾ ਗੁਰੂ ਨਾਨਕ ਦੇਵ ਜੀ ਦੀ, ਏਕ ਓਂਕਾਰ ਹੋ ਗਿਆ, ਪੱਟੀ ਹੋ ਗਿਆ, ਬਾਰਾਂ ਹੋ ਗਿਆ ਤੇ ਹੋਰ ਵੀ ਕਈ ਰਚਨਾਵਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਹੀ ਰਚੀਆਂ। ਠੀਕ ਹੈ, ਉਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਲੰਗਰ ਦਾ ਸਿਸਟਮ ਸੀਗਾ ਉਹ ਗੁਰੂ ਨਾਨਕ ਦੇਵ ਜੀ ਨੇ ਇੰਟਰੋਡਿਊਸ ਕਰਿਆ, ਤੇ ਸੰਗਤ ਤੇ ਪੰਗਤ ਦਾ ਜਿਹੜਾ ਸਿਸਟਮ ਸੀਗਾ ਉਹ ਵੀ ਗੁਰੂ ਨਾਨਕ ਦੇਵ ਜੀ ਨੇ ਇੰਟਰੋਡਿਊਸ ਕਰਿਆ ਸੀਗਾ। ਤੇ ਉਸ ਤੋਂ ਇਲਾਵਾ ਅੱਗੇ ਚੱਲਦੇ ਹਾਂ ਜੀ ਆਪਾਂ, ਗੁਰੂ ਨਾਨਕ ਦੇਵ ਜੀ ਨੂੰ ਜਦੋਂ ਇਹ ਅਹਿਸਾਸ ਹੋਇਆ ਵੀ ਹੁਣ ਉਹਨਾਂ ਦਾ ਜਿਹੜਾ ਆਖਰੀ ਸਮਾਂ ਉਹ ਨਜ਼ਦੀਕ ਆ ਰਿਹਾ, ਤਾਂ ਉਹਨਾਂ ਨੇ ਜਿਹੜੇ ਆਪਣੇ ਅਗਲੇ ਸਕਸੈਸਰ ਸੀਗੇ ਭਾਈ ਲਹਿਣਾ ਜੀ, ਠੀਕ ਹੈ, ਜਿਹੜੇ ਗੁਰੂ ਅੰਗਦ ਦੇਵ ਜੀ ਸੀਗੇ ਉਹਨਾਂ ਨੂੰ ਆਪਣਾ ਨੈਕਸਟ ਸਕਸੈਸਰ ਅਪੁਆਇੰਟ ਕਰਿਆ ਵੀ ਉਹ ਹੁਣ ਗੁਰਗੱਦੀ ਦੇ ਜਿਹੜੇ ਅਗਲੇ ਜਿਹੜੇ ਉਹ ਗੁਰੂ ਨਾਨਕ ਜਿਹੜੇ ਗੁਰੂ ਅੰਗਦ ਦੇਵ ਜੀ ਹੋਣਗੇ ਉਹ ਗੁਰਗੱਦੀ ਦੇ ਅਗਲੇ ਹੱਕਦਾਰ ਹੋਣਗੇ। ਸੋ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਅਗਲਾ ਸਕਸੈਸਰ ਡਿਕਲੇਅਰ ਕਰਿਆ, ਠੀਕ ਹੈ, ਅਪੁਆਇੰਟ ਕਰਿਆ, ਤੇ ਫਾਈਨਲੀ 22 ਸਤੰਬਰ 1539 ਨੂੰ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ। ਗੁਰੂ ਨਾਨਕ ਦੇਵ ਜੀ ਸਾਰੇ ਧਰਮਾਂ ਦੇ ਜਿਹੜੇ ਲੋਕ ਸੀਗੇ ਉਹਨਾਂ ਦੇ ਵਿੱਚ ਕਾਫੀ ਉਹਨਾਂ ਦੇ ਮਤਲਬ ਪ੍ਰਤੀ ਗੁਰੂ ਨਾਨਕ ਦੇਵ ਜੀ ਦਾ ਕਾਫੀ ਜ਼ਿਆਦਾ ਮੋਹ ਸੀਗਾ। ਠੀਕ ਹੈ, ਸਾਰੇ ਧਰਮਾਂ ਦੇ ਲੋਕ ਗੁਰੂ ਨਾਨਕ ਦੇਵ ਜੀ ਨੂੰ ਅੱਜ ਵੀ ਉਨਾ ਹੀ ਮੋਹ ਕਰਦੇ ਨੇ। ਠੀਕ ਹੈ, ਕਿਉਂਕਿ ਜੇ ਆਪਾਂ ਪਾਕਿਸਤਾਨ ਦੀ ਗੱਲ ਕਰੀਏ, ਪਾਕਿਸਤਾਨ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੂੰ ਉਨਾ ਹੀ ਪੂਜਿਆ ਜਾਂਦਾ ਜਿੰਨਾ ਕਿ ਆਪਣੇ ਇੰਡੀਆ ਦੇ ਵਿੱਚ। ਠੀਕ ਹੈ, ਨਾਲ ਬਾਬਾ ਜੀ ਨੂੰ ਨਾਨਕ ਸ਼ਾਹ ਫਕੀਰ ਇਹ ਨਾਮ ਨਾਲ, ਠੀਕ ਹੈ, ਗੁਰੂ ਆਫ ਹਿੰਦੂ ਮੁਸਲਮਾਨ ਪੀਰ ਇਹਨਾਂ ਸਾਰਿਆਂ ਦੇ ਨਾਮ ਨਾਲ ਗੁਰੂ ਨਾਨਕ ਦੇਵ ਜੀ ਨੂੰ ਜਾਣਿਆ ਜਾਂਦਾ। ਠੀਕ ਹੈ, ਮਤਲਬ ਬੁਲਾਇਆ ਜਾਂਦਾ ਵੱਖ ਵੱਖ ਥਾਵਾਂ ਤੇ। ਹੁਣ ਗੁਰੂ ਨਾਨਕ ਦੇਵ ਜੀ ਦੇ ਜੇ ਆਪਾਂ ਟੀਚਿੰਗਸ ਦੀ ਗੱਲ ਕਰੀਏ ਵੀ ਉਹਨਾਂ ਨੇ ਕਿਹੜੇ ਕਿਹੜੇ ਮੈਸੇਜ ਦਿੱਤੇ, ਦੇਖੋ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਫਿਲੋਸਫੀ ਸੀਗੀ ਉਹ ਕਾਫੀ ਜ਼ਿਆਦਾ ਸਿੰਪਲ ਸੀਗੀ। ਉਹਨਾਂ ਨੇ ਕੋਈ ਕਿਸੇ ਨੂੰ ਵਹਿਮ ਭਰਮ ਦੇ ਵਿੱਚ ਨਹੀਂ ਪਾਇਆ। ਠੀਕ ਹੈ, ਤੇ ਉਹਨਾਂ ਨੇ ਸਿਰਫ ਲੋਕਾਂ ਨੂੰ ਸਿੱਧਾ ਰੱਬ ਦੀ ਭਗਤੀ ਨਾਲ ਜੁੜਨ ਲਈ ਕਿਹਾ। ਉਹਨਾਂ ਨੇ ਕਿਹਾ ਵੀ ਆਪਦਾ ਨਾਮ ਜਪੋ ਤੁਸੀਂ, ਸੱਚੀ ਸ਼ਰਧਾ ਰੱਖੋ, ਠੀਕ ਹੈ, ਸੱਚ ਬੋਲੋ। ਇਹ ਸਾਰੇ ਸਿੰਪਲ ਜਿਹੜੇ ਮੈਸੇਜ ਸੀਗੇ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਤੱਕ ਪਹੁੰਚਾਏ, ਲੋਕਾਂ ਨੂੰ ਸਾਰਿਆਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਿਆ, ਤੇ ਜਿਹੜੇ ਟੀਚਿੰਗ ਸੀ ਤੁਸੀਂ ਸਾਰੇ ਪੜ੍ਹ ਸਕਦੇ ਹੋ। ਉਸ ਤੋਂ ਇਲਾਵਾ ਭਗਵਾਨ ਦਾ ਜਿਹੜਾ ਕਨਸੈਪਟ ਹੈਗਾ ਉਹ ਗੁਰੂ ਨਾਨਕ ਦੇਵ ਜੀ ਦੇ ਅਕੋਰਡਿੰਗ ਕੀ ਸੀਗਾ, ਇਹ ਜਪਜੀ ਸਾਹਿਬ ਦੇ ਵਿੱਚ ਲਿਖਿਆ ਹੋਇਆ। ਜੇ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਤਾਂ ਪਹਿਲੀ ਜਿਹੜੀ ਹਾਈਮ ਹੈ ਉਹਦੇ ਵਿੱਚ ਕੀ ਲਿਖਿਆ ਹੋਇਆ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਪੈਰ ਅਕਾਲ ਮੂਰਤ ਅਜੂਨੀ ਸੈਭਮ ਗੁਰ ਪ੍ਰਸਾਦ। ਇਹ ਚੀਜ਼ ਦੇ ਵਿੱਚ ਮਤਲਬ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੇ ਪਰਮਾਤਮਾ ਦਾ ਕਨਸੈਪਟ ਦਿੱਤਾ ਹੈ ਤੇ ਐਕਸਪਲੇਨ ਕਰਿਆ ਵੀ ਪਰਮਾਤਮਾ ਹੈ ਕੀ। ਠੀਕ ਹੈ, ਪਹਿਲਾਂ ਕੀ ਹੈ, ਯੂਨਿਟੀ ਆਫ ਗੋਡ, ਇਹ ਕਹਿੰਦੇ ਜੀ ਜਿਹੜਾ ਪਰਮਾਤਮਾ ਹੈ ਉਹ ਆਲਮਾਈਟੀ ਹੈਗੇ। ਠੀਕ ਹੈ, ਸਾਰੇ ਜਿਹੜੇ ਭਗਵਾਨ ਤੇ ਭਗਵਾਨ ਨੇਗੇ ਉਹਨਾਂ ਸਾਰਿਆਂ ਦੇ ਉੱਪਰ ਹੈਗਾ ਏਕ ਓਂਕਾਰ। ਠੀਕ ਹੈ, ਇਹ ਸਾਰਾ ਕੁਝ ਇਹ ਗੁਰੂ ਨਾਨਕ ਦੇਵ ਜੀ ਨੇ ਐਕਸਪਲੇਨ ਕਰਿਆ ਹੈ। ਉਸ ਤੋਂ ਬਾਅਦ ਕਿਹਾ ਜੀ ਗੋਡ ਇਜ਼ ਓਮਨੀਪੋਰਟੈਂਟ। ਠੀਕ ਹੈ, ਮਤਲਬ ਗੋਡ ਸਾਰੇ ਕਿਤੇ, ਮਤਲਬ ਗੋਡ ਨੂੰ ਮਤਲਬ ਕਿਸੇ ਵੀ ਮਤਲਬ ਟੈਂਪਲ ਜਾਂ ਮੋਸਕ ਦੇ ਵਿੱਚ ਕੈਦ ਮਤਲਬ ਨਹੀਂ ਕਰਿਆ ਜਾ ਸਕਦਾ। ਇਹਨਾਂ ਨੇ ਲਿਖਿਆ ਵੀ ਇੰਪ੍ਰਿਜ਼ਨ ਨਹੀਂ ਕਰਿਆ ਜਾ ਸਕਦਾ। ਠੀਕ ਹੈ, ਜਿਹੜਾ ਭਗਵਾਨ ਹੈ ਉਹ ਹਰੇਕ ਜੀਵ ਜੰਤੂ ਦੇ ਵਿੱਚ ਹਰੇਕ ਥਾਵਾਂ ਤੇ ਭਗਵਾਨ ਹੈ। ਠੀਕ ਹੈ, ਹਰ ਕਿਤੇ ਭਗਵਾਨ ਵਸਿਆ ਹੈ। ਉਸ ਤੋਂ ਬਾਅਦ ਇਹਨਾਂ ਦੇ ਹਿਸਾਬ ਨਾਲ ਜਿਹੜਾ ਭਗਵਾਨ ਹੈ ਗੋਡ ਉਹਦੇ ਦੋ ਫਾਰਮਸ ਨੇਗੇ, ਨਿਰਗੁਣ ਤੇ ਸਗੁਣ। ਠੀਕ ਹੈ, ਤੇ ਉਸ ਤੋਂ ਇਲਾਵਾ ਇਹ ਕਹਿੰਦੇ ਗੋਡ ਇਜ਼ ਸੁਪਰੀਮ ਤੇ ਗੋਡ ਇਜ਼ ਗ੍ਰੇਟ ਐਂਡ ਗੋਡ ਇਜ਼ ਸੁਪਰੀਮ। ਠੀਕ ਹੈ, ਇਹਨਾਂ ਦੇ ਹਿਸਾਬ ਨਾਲ ਗੋਡ ਜਿਹੜਾ ਭਗਵਾਨ ਹੈਗਾ ਉਹ ਮਤਲਬ ਉਹਨੂੰ ਭਗਵਾਨ ਨੂੰ ਐਕਸਪਲੇਨ ਨਹੀਂ ਕਰਿਆ ਜਾ ਸਕਦਾ ਕਿਸੇ ਇਨਸਾਨ ਦੁਆਰਾ। ਠੀਕ ਹੈ, ਜਿਹੜੀ ਗੋਡ ਦੀ ਸੁਪਰੀਮੇਸੀ ਹੈ ਉਹਨੂੰ ਐਕਸਪਲੇਨ ਨਹੀਂ ਕਰਿਆ ਜਾ ਸਕਦਾ ਤੇ ਉਹਦੀ ਗ੍ਰੇਟਨੈਸ ਨੂੰ ਮਤਲਬ ਕਿਸੇ ਇਨਸਾਨ ਦੁਆਰਾ ਐਕਸਪਲੇਨ ਨਹੀਂ ਕਰਿਆ ਜਾ ਸਕਦਾ। ਜਿਹੜਾ ਭਗਵਾਨ ਹੈ ਉਹ ਅਕਾਲ ਮੂਰਤ ਹੈਗਾ। ਅੱਗੇ ਚੱਲਦੇ ਆਪਾਂ, ਅੱਗੇ ਆ ਗਿਆ ਜੀ ਗੋਡ ਇਜ਼ ਫਾਰਮਲੈਸ। ਗੁਰੂ ਨਾਨਕ ਦੇਵ ਜੀ ਦੇ ਅਕੋਰਡਿੰਗ, ਠੀਕ ਹੈ, ਭਗਵਾਨ ਦਾ ਕੋਈ ਰੰਗ ਨਹੀਂ, ਕੋਈ ਸ਼ੇਪ ਨਹੀਂ ਹੈਗੀ। ਮਤਲਬ ਕੁੱਲ ਮਿਲਾ ਕੇ ਭਗਵਾਨ ਨੂੰ ਮਤਲਬ ਸਿੱਖ ਧਰਮ ਦੇ ਵਿੱਚ, ਆਪਣੇ ਸਿੱਖ ਧਰਮ ਦੇ ਵਿੱਚ ਆਈਡਲ ਵਰਸ਼ਿਪ ਮਤਲਬ ਮੂਰਤੀ ਪੂਜਨ ਹੈਗੀ ਜਿਹੜੀ ਉਹਦੀ ਕੋਈ ਜਗ੍ਹਾ ਨਹੀਂ ਹੈਗੀ ਗੁਰੂ ਨਾਨਕ ਦੇਵ ਜੀ ਦੇ ਅਕੋਰਡਿੰਗ। ਠੀਕ ਹੈ, ਮਤਲਬ ਮੂਰਤੀ ਪੂਜਨ ਦੇ ਗੁਰੂ ਨਾਨਕ ਦੇਵ ਜੀ ਆਈਡਲ ਵਰਸ਼ਿਪ ਦੇ ਖਿਲਾਫ ਸੀਗੇ। ਉਹ ਸਿਰਫ ਮਤਲਬ ਸੱਚਾ ਜਿਹੜਾ ਆਪਾਂ ਨਾਮ ਜਪਦੇ ਹਾਂ ਉਹਦੇ ਮਤਲਬ ਪੱਖ 'ਚ ਸੀਗੇ ਤੇ ਮੂਰਤੀ ਪੂਜਨ ਦੇ ਉਹ ਖਿਲਾਫ ਸੀਗੇ। ਠੀਕ ਹੈ, ਤੇ ਉਸ ਤੋਂ ਇਲਾਵਾ ਇਹ ਪਿੱਛੇ ਜੇ ਇੱਕ ਕੰਟਰੋਵਰਸੀ ਕ੍ਰੀਏਟ ਹੋਈ ਸੀ, ਮੈਂ ਤੁਹਾਨੂੰ ਡੇਲੀ ਕਰੰਟ ਅਫੇਅਰ ਦੀ ਜਿਹੜੀ ਵੀਡੀਓ ਕਰਵਾਉਣਾ ਉਹਦੇ ਵਿੱਚ ਦੱਸਿਆ ਹੈ ਵੀ ਗੁਜਰਾਤ ਦੇ ਇੱਕ ਸ਼ਹਿਰ ਭਾਵਨਗਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਸਟੈਚੂ ਲਗਾ ਦਿੱਤਾ ਗਿਆ ਜੋ ਕਿ ਸਿੱਖ ਧਰਮ ਆ ਜਿਹੜੇ ਅਸੂਲ ਨੇਗੇ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਟੀਚਿੰਗ ਦਿੱਤੀਆਂ ਸੀਗਾ ਉਹਦੇ ਅਗੇਂਸਟ ਸੀਗਾ। ਸੋ ਸਿੱਖ ਧਰਮ ਦੇ ਵਿੱਚ ਮੂਰਤੀ ਪੂਜਨ ਦੀ ਕੋਈ ਜਗ੍ਹਾ ਨਹੀਂ। ਤੇ ਫਾਈਨਲੀ ਗੁਰੂ ਨਾਨਕ ਦੇਵ ਜੀ ਨੇ ਇਹ ਕਿਹਾ ਵੀ ਗੋਡ ਇਜ਼ ਮਰਸੀਫੁਲ। ਠੀਕ ਹੈ, ਮਤਲਬ ਜਿਹੜੇ ਭਗਵਾਨ ਹੈਗਾ ਉਹ ਆਪਣੇ ਬੱਚਿਆਂ ਤੇ ਉਹਨਾਂ ਦੀ ਪੂਰੀ ਨਿਗਾਹ ਹੁੰਦੀ ਹੈ। ਠੀਕ ਹੈ, ਚੰਗਾ ਮਾੜਾ ਉਹਨਾਂ ਦਾ ਸਾਰਿਆਂ ਦਾ ਭਗਵਾਨ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ। ਤੇ ਆ ਫਾਈਨਲੀ ਇੱਕ ਫਲੋ ਚਾਰਟ ਦਿੱਤਾ ਐਂਡ 'ਚ ਬਰੀਫ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਮਤਲਬ ਪੇਰੈਂਟਸ ਦਾ ਨਾਮ, ਬਰਥ, ਉਹਨਾਂ ਦੀ ਭੈਣ ਦਾ ਨਾਮ, ਠੀਕ ਹੈ, ਉਹਨਾਂ ਦਾ ਜਨਮ ਕਦੋਂ, 1469 ਤੋਂ 1539 ਤੱਕ
ਦੋ ਉਹਨਾਂ ਦੇ ਬੱਚੇ ਸੀਗੇ ਸ਼੍ਰੀ ਚੰਦ ਤੇ ਬਾਬਾ ਲਖਮੀ ਚੰਦ ਜੀ। ਠੀਕ ਹੈ, ਕੰਪਾਈਲੇਸ਼ਨ ਇਹ ਇੰਪੋਰਟੈਂਟ ਬਣਦੀ ਨੇ ਵੀ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਕਿਹੜੀ ਰਚਨਾ ਕੀਤੀ। ਠੀਕ ਹੈ, 974 ਤੱਕ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਲਿਖੇ, 19 ਰਾਗਾਂ ਦੇ ਵਿੱਚ ਗੁਰਬਾਣੀ ਦੇ ਵਿੱਚ ਇਹ ਲਿਖੇ ਹੋਏ ਨੇ। ਠੀਕ ਹੈ, ਜਿਹਦੇ ਵਿੱਚ ਜਪ ਜੀ, ਸਿੱਧ ਗੋਸ਼ਟ, ਸੋਹਿਲਾ, ਦੱਖਣੀ ਓਂਕਾਰ, ਆਸਾਂ ਦੀ ਵਾਰ, ਪੱਟੀ, ਬਾਰਾਂਵਾਂ, ਇਹ ਸਭ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ। ਅਤੇ ਫਾਈਨਲੀ 22 ਸਤੰਬਰ 1539 ਨੂੰ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਜਾਂਦੇ ਨੇ ਪਾਕਿਸਤਾਨ ਦੇ ਕਰਤਾਰਪੁਰ ਵਿੱਚ। ਹੁਣ ਆਪਾਂ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਗੱਲ ਕਰੀਏ। ਠੀਕ ਹੈ, ਕਾਫੀ ਜ਼ਿਆਦਾ ਨਿਊਜ਼ ਚਾਹੇ PCS ਦੇ 2018 ਦੇ ਮੇਨ ਦੇ ਪੇਪਰ ਦੇ ਵਿੱਚ ਇਹਦੇ ਉੱਪਰ ਕੁਸਚਨ ਪੁੱਛਿਆ ਗਿਆ ਸੀ ਕਰਤਾਰਪੁਰ ਕੋਰੀਡੋਰ ਦੇ ਉੱਪਰ। ਠੀਕ ਹੈ, ਇਹ ਇੱਕ ਲੰਘ ਹੈ। ਠੀਕ ਹੈ, ਮਤਲਬ ਜਿਹੜੇ ਆਪਣੇ ਲੋਕ ਇੰਡੀਆ ਦੇ ਪਾਕਿਸਤਾਨ ਦੇ ਜਿਹੜੇ ਕਰਤਾਰਪੁਰ ਗੁਰਦੁਆਰਾ ਜਿਹੜਾ ਮੈਂ ਤੁਹਾਨੂੰ ਪਿੱਛੇ ਵੀਡੀਓ ਦੇ ਵਿੱਚ ਦਿਖਾਇਆ ਉਹ ਗੁਰੂ ਨਾਨਕ ਦੇਵ ਜੀ ਨਾਲ ਐਸੋਸੀਏਟਡ ਹੈਗਾ ਗੁਰਦੁਆਰਾ। ਉਹਦੇ ਦਰਸ਼ਨ ਕਰਵਾਉਣ ਦੇ ਲਈ ਪਾਕਿਸਤਾਨ ਤੇ ਇੰਡੀਆ ਨੇ ਇਹ ਸਾਂਝਾ ਸਟੈਪ ਚੱਕਿਆ ਵੀ ਲੋਕਾਂ ਨੂੰ ਪੰਜਾਬ ਜਿਹੜੇ ਆਪਣੇ ਇੰਡੀਆ ਦੇ ਲੋਕ ਨੇ ਉਹਨਾਂ ਨੂੰ ਕਰਤਾਰਪੁਰ ਸਾਹਿਬ ਜਿਹੜਾ ਗੁਰਦੁਆਰਾ ਉਹਦੇ ਦਰਸ਼ਨ ਕਰਵਾਏ ਜਾਣ। ਪਿਛਲੇ ਸਾਲ ਇਹ ਜਿਹੜਾ ਕੋਰੀਡੋਰ ਸੀਗਾ ਇਹਦਾ ਉਦਘਾਟਨ ਕਰਿਆ ਸੀਗਾ। ਤੁਹਾਡੇ ਤੋਂ ਮੈਂ ਇੱਕ ਕੁਐਸਚਨ ਪੁੱਛਦਾ, ਕਮੈਂਟ ਬਾਕਸ ਦੇ ਵਿੱਚ ਤੁਸੀਂ ਇਹ ਲਿਖਿਓ ਵੀ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਸੀਗਾ ਇਹਦਾ ਉਦਘਾਟਨ ਕਿਹੜੇ ਪਰਸਨ ਨੇ ਕਰਿਆ। ਠੀਕ ਹੈ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋ। ਤੇ ਜਿਹੜਾ ਇਹ ਕੋਰੀਡੋਰ ਹੈਗਾ ਇਹ ਦੋ ਪਲੇਸਿਸ ਨੂੰ ਕਨੈਕਟ ਕਰੂਗਾ, ਉਧਰ ਪਾਕਿਸਤਾਨ ਵਾਲੀ ਸਾਈਡ ਕਰਤਾਰਪੁਰ ਨੂੰ ਤੇ ਇੰਡੀਆ ਦੇ ਵੱਲ ਜਿਹੜਾ ਇੰਡੀਆ ਦੀ ਸਾਈਡ ਆਪਣਾ ਗੁਰਦਾਸਪੁਰ ਸ਼ਹਿਰ ਮਤਲਬ ਜਿਹੜਾ ਗੁਰਦਾਸਪੁਰ ਜਿਹੜੇ ਦਾ ਪਿੰਡ ਹੈਗਾ ਡੇਰਾ ਬਾਬਾ ਨਾਨਕ ਇਹਨਾਂ ਦੋਵੇਂ ਥਾਵਾਂ ਨੂੰ ਉਹ ਕਨੈਕਟ ਕਰੂਗਾ। 3-4 ਕਿਲੋਮੀਟਰ ਦਾ ਇਹ ਕੋਰੀਡੋਰ ਹੋਊਗਾ। ਠੀਕ ਹੈ, ਇੰਟਰਨੈਸ਼ਨਲ ਬਾਰਡਰ ਤੇ ਤੇ ਇਸਦੇ ਨੀਚੇ ਜਿਹੜਾ ਇੱਕ ਪੁਲ ਬਣੂਗਾ ਉਹਦੇ ਉਹ ਰਾਵੀ ਨਦੀ ਹੈਗੀ ਜਿਹੜੀ ਉਹਦੇ ਉੱਪਰ ਇਹ ਪੁਲ ਬਣੂਗਾ। ਇਹ ਜਿਹੜਾ ਕਰਤਾਰਪੁਰ ਕੋਰੀਡੋਰ ਬਣਾਇਆ ਜਾ ਰਿਹਾ ਇਹ ਇਸ ਸਾਲ 2019 ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਹੈ ਉਹਨੂੰ ਸੈਲੀਬ੍ਰੇਟ ਕਰਨ ਦੇ ਲਈ ਇਹ ਸਟੈਪ ਚੱਕਿਆ ਗਿਆ, ਇਹ ਕੋਰੀਡੋਰ ਬਣਾਇਆ ਗਿਆ ਤਾਂ ਕਿ ਲੋਕਾਂ ਨੂੰ ਮਤਲਬ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਦੁਆਰਾ ਜਿਹਦੇ ਨਾਲ ਉਹ ਐਸੋਸੀਏਟਡ ਨੇਗੇ ਉੱਥੇ ਜਾ ਕੇ ਦਰਸ਼ਨ ਕਰ ਸਕਣ। ਠੀਕ ਹੈ, ਆਹ ਮੈਪ ਦੇ ਵਿੱਚ ਸਾਰਾ ਗੁਰੂ ਨਾਨਕ ਜਿਹੜਾ ਕਰਤਾਰਪੁਰ ਕੋਰੀਡੋਰ ਹੈਗਾ ਉਹਦੇ ਬਾਰੇ ਤੁਹਾਨੂੰ ਦੱਸਿਆ ਸੀਗਾ। ਸੋ ਇਹ ਸੀਗਾ ਸਾਰਾ ਜੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ। ਅਗਲੀ ਵੀਡੀਓ ਦੇ ਵਿੱਚ ਆਪਾਂ ਅਗਲੇ ਗੁਰੂ ਦੁਆਰੇ ਚਰਚਾ ਕਰਾਂਗੇ। ਸੋ ਮਿਲਦੇ ਹਾਂ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।